ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਚਲਨ ਤਮਸਲੇ ਤੁਹਾਡਾ ਸਵਾਗਤ ਹੈ। ਮੈਂ ਹਾਂ ਮਦਨਦੀਪ। ਗੱਲ ਕਰਾਂਗੇ, ਦਿੱਲੀ ਦੇ ਵਿੱਚ ਚੋਣਾਂ ਚੱਲ ਰਹੀਆਂ, ਵਿਧਾਨ ਸਭਾ ਚੋਣਾਂ ਦਿੱਲੀ ਦੇ ਅੰਦਰ, ਔਰ ਦਿੱਲੀ ਦਾ ਸ਼ਹੀਨ ਬਾਗ ਜਿਹੜਾ ਹੈਗਾ ਉਹ ਕੇਂਦਰ ਬਿੰਦੂ ਬਣਿਆ ਹੋਇਆ ਪੂਰੇ ਦੇਸ਼ ਦਾ, ਔਰ ਕਾਫੀ ਹੱਦ ਤੱਕ ਇਹਨਾਂ ਚੋਣਾਂ ਦੇ ਵਿੱਚ ਸ਼ਹੀਨ ਬਾਗ ਜਿਹੜਾ ਹੈਗਾ ਉਹ ਧਿਆਨ ਕੇਂਦਰਿਤ ਕਰ ਰਿਹਾ ਪੂਰੇ ਦੇਸ਼ ਦਾ। ਪੰਜਾਬ ਤੋਂ ਲਗਾਤਾਰ ਜਿਹੜਾ ਪਿਛਲੇ ਦਿਨਾਂ ਤੋਂ ਜਿਹੜੇ ਹੈਗੇ ਜਥੇ ਸ਼ਹੀਨ ਬਾਗ ਜਾ ਰਹੇ ਆ। ਪਹਿਲਾਂ ਵਿਦਵਾਨਾਂ ਦਾ ਜਥਾ ਗਿਆ, ਹੁਣ ਕਿਸਾਨਾਂ ਦਾ ਜਥਾ ਇੱਕ ਗਿਆ ਆ, ਔਰ ਸ਼ਹੀਨ ਬਾਗ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀ ਬਿਆਨਬਾਜ਼ੀ, ਤਰ੍ਹਾਂ ਤਰ੍ਹਾਂ ਦੇ ਜਿਹੜੇ ਹੈਗੇ ਇਲਜ਼ਾਮ ਔਰ ਡਰਾਵੇ, ਔਰ ਕਿਤੇ ਨਾ ਕਿਤੇ ਆ ਕੇ ਕੋਈ ਪਿਸਤੌਲ ਵਾਲਾ ਉੱਥੇ ਅੰਦਰ ਜਾਣ ਦਾ ਯਤਨ ਕਰ ਰਿਹਾ ਪਿਸਤੌਲ ਲੈ ਕੇ, ਕੋਈ ਬੁਰਕਾ ਪਹਿਣ ਕਿਉਂਕਿ ਔਰਤ ਅੰਦਰ ਜਾ ਰਹੀ ਹੈ। ਇਸ ਤਰ੍ਹਾਂ ਦਾ ਮਾਹੌਲ ਤਿਆਰ ਕੀਤਾ ਜਾ ਰਿਹਾ ਜਿਵੇਂ ਸ਼ਹੀਨ ਬਾਗ ਜਿਹੜਾ ਹੈਗਾ ਇਹ ਬਹੁਤ ਵੱਡਾ ਖਤਰਾ ਬਣ ਚੁੱਕਿਆ ਹੋਵੇ। ਅਸਲ 'ਚ ਸ਼ਹੀਨ ਬਾਗ 'ਚ ਤੁਹਾਨੂੰ ਪਤਾ ਹੈ ਲਗਭਗ ਪਿਛਲੇ 2 ਮਹੀਨਿਆਂ ਤੋਂ ਔਰਤਾਂ ਦੇ ਬੱਚੇ ਰਾਤ ਦਿਨ ਉੱਥੇ ਡਟੇ ਹੋਏ ਆ CAA ਦੇ ਖਿਲਾਫ਼, ਯਾਨੀ ਨਾਗਰਿਕਤਾ ਦੇ ਸੋਧੇ ਹੋਏ ਕਾਨੂੰਨ ਦੇ ਖਿਲਾਫ਼, ਔਰ ਉਹਨਾਂ ਨੇ ਪੂਰੇ ਦੇਸ਼ ਦਾ ਇਸ ਕਰਕੇ ਵੀ ਧਿਆਨ ਖਿੱਚਿਆ ਕਿ ਉਹ ਸ਼ਾਂਤਪੂਰਵਕ ਔਰ ਦੇਸ਼ ਦੇ ਹਿੱਤ ਵਿੱਚ ਨਾਰੇ ਲਾ ਕੇ, ਦੇਸ਼ ਦੇ ਕੌਮੀ ਤਰਾਨਾ ਗਾ ਕੇ, ਦੇਸ਼ ਦੇ ਝੰਡੇ ਹੱਥ 'ਚ ਫੜ ਕੇ ਮੁਜ਼ਾਹਰੇ ਕਰ ਰਹੇ ਆ। ਔਰ ਇਸ ਕਰਕੇ ਇਹ ਸ਼ਹੀਨ ਬਾਗ ਜਿਹੜਾ ਹੈਗਾ ਇਹ ਸੱਤਾ ਅਤੇ ਜਿਹੜੇ ਕਾਬਜ਼ ਲੋਕ ਹੈਗੇ ਆ ਭਾਰਤੀ ਜਨਤਾ ਪਾਰਟੀ, ਖਾਸ ਕਰਕੇ ਉਹਦੇ ਲਈ ਇਹ ਇੱਕ ਚੁਣੌਤੀ ਬਣਿਆ ਹੋਇਆ ਉਹ ਇਹ ਮੁਸਲਮਾਨਾਂ ਨੂੰ, ਕਿਉਂਕਿ ਲਗਾਤਾਰ ਜਿਹੜਾ ਹੈਗਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਵੀ ਇੱਕ ਤਰ੍ਹਾਂ ਨਾਲ ਸਿੱਧੇ ਅਸਿੱਧੇ ਰੂਪ 'ਚ ਉਹਨਾਂ ਨੂੰ ਦੇਸ਼ ਦਾ ਗਦਾਰ ਗਰਦਾਨ ਰਹੇ ਆ, ਕਹਿ ਰਹੇ ਆ, ਪਰ ਉਹ ਇਹ ਸਿੱਧ ਕਰ ਰਹੇ ਕਿ ਦੇਸ਼ ਦੇ ਗਦਾਰ ਨੇ, ਅਸੀਂ ਦੇਸ਼ ਦੇ ਨਾਗਰਿਕ ਹਾਂ ਅਤੇ ਅਸੀਂ ਦੇਸ਼ ਦੀ ਜਮਹੂਰੀਅਤ ਨੂੰ ਖਤਰਾ ਪੈਦਾ ਕਰਨ ਵਾਲਿਆਂ ਦੇ ਖਿਲਾਫ਼ ਡਟੇ ਹੋਏ ਹਾਂ। ਔਰ ਇਹਦੇ ਇਸ ਚਰਚਾ ਦੇ ਲਈ ਜਿਹੜੇ ਮੇਰੇ ਨਾਲ ਅੱਜ ਮੇਰੇ ਦੋਸਤ ਆਏ ਆ, ਸਭ ਤੋਂ ਪਹਿਲਾਂ ਮੈਂ ਤੁਆਰਫ ਕਰਾਉਣਾ, ਜਗਮੋਹਨ ਸਿੰਘ ਪੱਟੀ ਸੀਨੀਅਰ ਐਡਵੋਕੇਟ ਨੇ ਔਰ ਰਾਜਨੀਤੀ ਬਾਰੇ ਚੰਗਾ ਗਿਆਨ ਰੱਖਦੇ ਆ, ਤੁਸੀਂ ਸਾਡੀਆਂ ਇਹਨਾਂ ਡਿਬੇਟਾਂ 'ਚ ਵੀ ਇਹਨਾਂ ਨੂੰ ਦੇਖਦੇ ਹੋ, ਤੁਹਾਡਾ ਸ਼ੁਕਰੀਆ ਜਾਣ ਲਈ। ਪ੍ਰੋਫੈਸਰ ਮਨਜੀਤ ਸਿੰਘ ਉੱਘੇ ਵਿਦਵਾਨ ਨੇ ਪੰਜਾਬ ਦੇ, ਔਰ ਸ਼ਹੀਨ ਬਾਗ ਦੇ ਖਾਸ ਕਰਕੇ ਜਿਹੜਾ ਇਸ ਵੇਲੇ ਜੋ ਕੁਝ ਚੱਲ ਰਿਹਾ ਉੱਥੇ ਜਿਹੜਾ ਅੰਦੋਲਨ ਹੈ ਉਹਨੂੰ ਬਹੁਤ ਨੇੜਿਓਂ ਵਾਚ ਵੀ ਰਹੇ ਆ, ਉਹਦੇ ਨਾਲ ਇਹਨਾਂ ਦੀ ਹਮਦਰਦੀ ਵੀ ਹੈ, ਉੱਥੇ ਬਕਾਇਦਾ ਤੌਰ 'ਤੇ ਸ਼ਮੂਲੀਅਤ ਵੀ ਕਰਦੇ ਆ, ਔਰ ਦਿੱਲੀ ਦੀਆਂ ਚੋਣਾਂ ਦੇ ਉੱਤੇ ਵੀ ਇਹਨਾਂ ਦੀ ਬੜੀ ਨੇੜਲੀ ਨਿਗਾਹ ਹੈ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਔਰ ਢਿੱਲੋਂ ਸਾਹਿਬ, ਗੁਰਪ੍ਰੀਤ ਸਿੰਘ ਢਿੱਲੋਂ ਭਾਰਤੀ ਜਨਤਾ ਪਾਰਟੀ ਤੋਂ ਨੇ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਪ੍ਰੋਫੈਸਰ ਮੈਂ ਤੁਹਾਡੇ ਤੋਂ ਗੱਲ ਸ਼ੁਰੂ ਕਰੂੰਗਾ ਕਿ ਇਹ ਸਾਰਾ ਮਾਮਲਾ ਜਿਵੇਂ ਕਿ ਮੈਂ NRC ਦੀ CA ਦੀ ਗੱਲ ਕੀਤੀ ਹੈ ਜਾਂ ਮੈਂ ਜਿਹੜੀ ਹੈ NPR ਦੀ ਗੱਲ ਕੀਤੀ ਹੈ, ਲੋਕ ਸਭਾ ਦੇ ਵਿੱਚ ਜਿਸ ਤਰ੍ਹਾਂ ਇੱਕ ਬਿਆਨ ਆਇਆ ਪਿਛਲੇ ਦਿਨੀ ਕਿ ਅਸੀਂ ਇਹ ਕਾਨੂੰਨ ਜਿਹੜਾ ਹੈਗਾ ਹਾਲੇ ਪੂਰੇ ਦੇਸ਼ 'ਚ ਲਾਗੂ ਨਹੀਂ ਕਰ ਰਹੇ, ਇਹ ਕਿਸ ਤਰ੍ਹਾਂ ਦਾ ਭੰਬਲ ਭੁਸਾ ਪਾਇਆ ਜਾ ਰਿਹਾ ਕਿ ਇਹ ਸਾਰਾ ਕੁਛ ਸ਼ਹੀਨ ਬਾਗ ਦਾ ਜਿਹੜਾ ਡਟਵਾਂ ਅੰਦੋਲਨ ਆ ਉਹਦੇ ਅੱਗੇ ਗੋਡੇ ਟੇਕਣ ਦੀ ਸਰਕਾਰ ਦੀ ਜਿਹੜੀ ਹੈਗੀ ਹੈ ਉਹ ਇੱਕ ਮਨਸ਼ਾ ਸਾਹਮਣੇ ਆ ਰਹੀ ਹੈ? ਦੇਖੋ, ਇਹ ਸਾਰੀ ਜਿਹੜੀ ਪ੍ਰਕਿਰਿਆ ਨਾ ਮਨਦੀਪ ਜੀ, ਇਹ ਚੱਲੀ ਜਦੋਂ ਲੋਕ ਸਭਾ ਦੀਆਂ ਚੋਣਾਂ ਤੋਂ, ਜਦੋਂ ਬਾਲਾਕੋਟ ਤੋਂ ਜਾਂ ਜਿਹੜਾ ਉੱਥੇ ਕੀਤਾ ਗਿਆ ਜਾਂ ਪੁਲਵਾਮਾ ਦੇ ਵਿੱਚ ਜਿਹੜੇ ਸਾਡੇ ਫੌਜੀ ਸ਼ਹੀਦ ਹੋਏ ਉੱਥੋਂ ਚੱਲੀ, ਅਤੇ ਇੰਝ ਲੱਗਾ ਕਿ ਇਹਦੇ ਨਾਲ ਜਿਹੜੇ ਰਾਜਨੀਤਿਕ ਡਿਵੀਡੈਂਟ, ਰਾਜਨੀਤਿਕ ਫਾਇਦੇ ਇਹੋ ਜਿਹੀ ਪ੍ਰਕਿਰਿਆ ਦੇ ਨਾਲ ਕਾਫੀ ਤੁਰੰਤ ਜਾਣੀ ਹੋ ਜਾਂਦੇ ਆ। ਹੁਣ ਫਿਰ ਇਹ ਇੱਕ ਤਰੀਕਾ ਬਣ ਗਿਆ ਵੀ ਕਿੱਦਾਂ ਕਰੀਏ, ਹੁਣ ਅਗਲਾ ਪਿਉਂਤਰਾ ਕੀ ਹੋਏ ਕਿ ਜਿਹੜੀਆਂ ਸੂਬਿਆਂ ਦੀਆਂ ਚੋਣਾਂ ਉਹ ਕਿਵੇਂ ਜਿੱਤੀਆਂ ਜਾਣ, ਅਤੇ ਉਹਦੇ 'ਚ ਜਿਹੜੀ ਪਲੈਨਿੰਗ ਇਹ ਤੈਅ ਹੋ ਗਈ ਕਿ ਜਿਹੜਾ ਮੁਸਲਿਮ ਘੱਟ ਗਿਣਤੀ ਆ ਉਹਨੂੰ ਜੇ ਟਾਰਗੇਟ ਬਣਾ ਕੇ ਰੌਲਾ ਪਾਇਆ ਜਾਏ ਤਾਂ ਉਹਦੇ 'ਚ ਕਾਫੀ ਪੋਲਰਾਈਜ਼ ਹੋ ਜੂਗੇ, ਅਤੇ ਕਿਉਂਕਿ ਮੁਸਲਿਮ ਘੱਟ ਗਿਣਤੀ ਜਿਹੜੀ ਹੈ ਉਹ ਇੱਕ ਵੱਡੀ ਗਿਣਤੀ ਵੀ ਹੈਗੀ ਹੈ, ਘੱਟ ਗਿਣਤੀ ਦੇ ਨਾਲ ਨਾਲ ਸਾਰੀਆਂ ਘੱਟ ਗਿਣਤੀਆਂ 'ਚੋਂ ਬਹੁਤ ਵੱਡੀ ਗਿਣਤੀ ਆ ਹੈਗੀ ਹੈ, ਤਾਂ ਉਸ ਦਾ ਔਰ ਫੈਲਾਓ ਵੀ ਸਾਰੀ ਦੇਸ਼ ਦੇ ਵਿੱਚ ਹੈਗਾ, ਅਤੇ ਜਗ੍ਹਾ ਜਗ੍ਹਾ ਜਦੋਂ ਵਿਰੋਧਤਾ ਹੋਊਗੀ ਕਿਤੇ ਜਿਹੜੀ ਹਿੰਦੂ ਵੋਟ ਦੇ ਨਾਂ ਦੇ ਉੱਤੇ ਉਹ ਪੋਲਰਾਈਜ਼ ਹੋ ਕੇ ਝੋਲੀ 'ਚ ਪੈਣੀ ਸ਼ੁਰੂ ਹੋ ਜੂਗੀ। ਇਹ ਉਹਦੇ ਬੈਕਗਰਾਊਂਡ ਦੇ ਵਿੱਚ ਜਿਹੜਾ ਬੈਕਗਰਾਊਂਡ ਮਿਊਜ਼ਿਕ ਚੱਲ ਰਿਹਾ ਜਾਂ ਬੈਕਗਰਾਊਂਡ ਰਾਜਨੀਤੀ ਚੱਲ ਰਹੀ ਉਹ ਇਹ ਹੈਗੀ। ਮੈਂ ਇਹ ਇਹਦੋਂ ਪਹਿਲਾਂ ਕਿ ਮੈਂ ਅਗਲੀ ਗੱਲ ਦੱਸਾਂ ਕਿ ਕੀ ਹੋ ਰਿਹਾ, ਮੈਂ ਦੋਵੇਂ ਜਗ੍ਹਾ ਜਾ ਕੇ ਆਇਆ। ਮੈਂ ਤਕਰੀਬਨ 13 ਦਿਨ ਜਿਹੜੇ ਆ ਉੱਥੇ ਵੈਲੀ ਦੇ ਵਿੱਚ ਵੀ ਲਾ ਕੇ ਆਇਆ, ਕਸ਼ਮੀਰ ਦੀ ਵੈਲੀ 'ਚ ਵੀ ਲਾ ਕੇ ਆਇਆ, ਅਤੇ ਇੱਥੇ ਵੀ ਸ਼ਹੀਨ ਬਾਗ ਵੀ ਜਾ ਕੇ ਆਇਆ। ਦੋਨੋਂ ਹੀ ਜਗ੍ਹਾ ਮੇਰਾ ਤਜਰਬਾ ਇਹ ਹੈਗਾ ਕਿ ਪੰਜਾਬ ਦਾ ਇਸ ਵੇਲੇ ਬਹੁਤ ਹੀ ਸਿਰ ਉੱਚਾ ਆ ਇਹਨਾਂ ਦੋਵਾਂ ਹੀ ਗੱਲਾਂ, ਧਾਰਾ 370 ਹਟਾਉਣ ਦੇ
ਵਿਰੋਧ ਵਿੱਚ ਜਿਸ ਤਰ੍ਹਾਂ ਪੰਜਾਬੀ ਖੜੇ ਹੋਏ ਔਰ ਉਹਨਾਂ ਦੇ ਬੱਚਿਆਂ ਦੀ ਇੱਥੇ ਪ੍ਰੋਟੈਕਸ਼ਨ ਕੀਤੀ, ਇਸ ਵੇਲੇ ਹਰ ਕਸ਼ਮੀਰੀ ਇਹ ਗੱਲ ਕਹਿ ਰਿਹਾ ਆ ਕਿ ਅਸੀਂ ਪੰਜਾਬ ਦੇ ਵਿੱਚ ਬਿਲਕੁਲ ਸੇਫ ਮਹਿਸੂਸ ਕਰਦੇ ਹਾਂ ਤੁਹਾਡੇ ਹੱਥਾਂ 'ਚ। ਕਿੱਡਾ ਸਿਰ ਉੱਚਾ ਹੁੰਦਾ ਤੁਹਾਡੇ ਮਾਣ ਨਾਲ ਕਿ ਉਹ ਬੰਦੇ ਸਾਰੇ ਦੇਸ਼ ਦੇ ਵਿੱਚੋਂ ਇੱਕ ਸੂਬੇ ਨੂੰ ਇੰਜ ਕਰਕੇ ਕਹਿ ਰਹੇ ਆ ਕਿ ਜਿੱਥੇ ਅਸੀਂ ਖੁੱਲ੍ਹੀ ਹਵਾ, ਜਿੱਥੇ ਸਾਨੂੰ ਕੋਈ ਕਿਸੇ ਕਿਸਮ ਦਾ ਡਰ ਪੈ ਨਹੀਂ, ਅਸੀਂ ਤੁਰ ਫਿਰ ਸਕਦੇ ਹਾਂ, ਵਿਚਰ ਸਕਦੇ ਹਾਂ, ਰਹਿ ਸਕਦੇ ਹਾਂ, ਇਨ ਡਾਇਲੋਗ ਕਰ ਸਕਦੇ ਹਾਂ। ਦੂਜੀ ਗੱਲ ਸ਼ਹੀਨ ਬਾਗ ਦੀ, ਉੱਥੇ ਵੀ ਬਿਲਕੁਲ ਇਹੋ ਹੀ ਮੈਨੂੰ ਗਲੀਆਂ ਮਹੱਲਿਆਂ 'ਚ ਨੈਰੋ ਦੇ ਵਿੱਚੋਂ ਦੇ ਅਸੀਂ ਲੰਘ ਕੇ ਪੈਦਲ ਉੱਥੇ ਜਦੋਂ ਗਏ ਪਰਸੋਂ ਤਾਂ ਅਸੀਂ ਦੇਖਿਆ ਕਿ ਔਰਤਾਂ, ਉਹਨਾਂ ਦੇ ਵੱਡੇ ਬੰਦੇ ਸਾਰੇ ਜਿਹੜੇ ਸੀਗੇ ਉਹ ਤੁਹਾਨੂੰ ਗਲੇ ਲਾ ਕੇ ਮਿਲਦੇ, ਜਗ੍ਹਾ ਜਗ੍ਹਾ ਖੜ੍ਹੇ ਕਰਦੇ, ਆਓ ਚਾਹ ਪੀ ਲਓ, ਆਜੋ ਕੁਛ ਖਾਂਦੇ ਹਾਂ, ਘਰ ਚੱਲੀਏ, ਇਸ ਤਰੀਕੇ ਨਾਲ ਜਿਵੇਂ ਸਾਡੀ ਲਾਹੌਰ ਦੇ ਵਿੱਚ ਤੁਹਾਨੂੰ ਪਤਾ ਪੰਜਾਬੀਆਂ ਦਾ ਬੜਾ ਸਵਾਗਤ ਹੁੰਦਾ ਉੱਥੇ, ਬੜਾ ਅਦਬ ਦੇ ਨਾਲ, ਪਿਆਰ ਦੇ ਨਾਲ, ਸਨੇਹ ਦੇ ਨਾਲ, ਇੱਕ ਬੜੇ ਉਹਦੇ ਨਾਲ ਮਿਲਦੇ। ਇੰਝ ਉੱਥੇ ਹੋ ਰਿਹਾ ਸੀਗਾ ਕਿ ਸਰਦਾਰੋਂ ਨੇ, ਮਤਲਬ ਉਹ ਸਾਡੀ ਦਾੜੀ ਨੂੰ ਦੇਖ ਕੇ ਜਾਂ ਸਾਡੀ ਪਗੜੀ ਨੂੰ ਦੇਖ ਕੇ ਇੰਝ ਕਹਿੰਦੇ, ਜਾਂ ਪੰਜਾਬੀਆਂ ਨੇ ਕਹਿ ਲਓ ਇਨ ਜਨਰਲ, ਕਿ ਉਹ ਕਾਫੀ ਇਸ ਗੱਲ ਦੇ ਉੱਤੇ ਸਾਡੇ ਦੇਣਦਾਰ ਆਪਣੇ ਆਪ ਨੂੰ ਸਮਝਦੇ ਆ ਕਿ ਇਹਨਾਂ ਲੋਕਾਂ ਨੇ ਜਿਹੜੀ ਇਸ ਵੇਲੇ ਮੂਵਮੈਂਟ ਛੇੜੀ ਹੈ ਉਹ ਇੱਕ ਸਮੁੱਚੀ ਮਾਨਵਵਾਦੀ ਜਿਹੜੀ ਮੂਵਮੈਂਟ ਆ ਬਣੇ ਆ ਸਾਡੇ, ਬਿਲਕੁਲ ਬਿਲਕੁਲ। ਇਸ ਕਰਕੇ ਇਹਨਾਂ ਗੱਲਾਂ ਦਾ ਸਾਨੂੰ ਬੜਾ ਇੱਕ ਜਿੱਥੇ ਮਾਣ ਮਹਿਸੂਸ ਹੁੰਦਾ, ਚੰਗਾ ਲੱਗਦਾ ਇਸ ਕਿ ਇਹ ਜਿਹੜੇ ਲੋਕ ਜਿਹੜੇ ਆਪਣੇ ਆਪ ਨੂੰ ਆਈਸੋਲੇਟ ਸਮਝਣ ਦੀ, ਉਹਨਾਂ ਨੂੰ ਆਈਸੋਲੇਟ ਕਰਨ ਦੀ ਜਿਹੜੀ ਕੋਸ਼ਿਸ਼ ਸੀਗੀ ਉਹ ਜਦੋਂ ਸਾਰੇ ਆ ਰਹੇ ਤਾਂ ਉਹਨਾਂ ਨੂੰ ਲੱਗਦਾ ਕਿ ਸਾਨੂੰ ਹੁਣ ਬਲ ਮਿਲ ਗਿਆ, ਸਾਨੂੰ ਕੋਈ ਦੁਨੀਆ 'ਚ ਹਰਾ ਨਹੀਂ ਸਕਦਾ, ਜੋ ਸਾਡੇ 'ਤੇ ਕੋਈ ਸਾਜ਼ਿਸ਼ ਰਚੀ ਜਾ ਰਹੀ ਆ ਉਹ ਹੁਣ ਕਾਮਯਾਬ ਨਹੀਂ ਹੋ ਸਕਦੀ। ਉਹਨਾਂ ਦੇ ਸਾਫ ਸਾਫ ਸ਼ਬਦਾਂ 'ਚ ਕਹਿਣਾ, ਅਸੀਂ ਵੀ ਉਹਨਾਂ ਨੂੰ ਸਾਰਿਆਂ ਨੂੰ ਜਾ ਕੇ ਉੱਥੇ ਸਾਡੇ ਨਾਲ ਪ੍ਰੋਗਰੈਸਿਵ ਰਾਈਟਰਸ ਐਸੋਸੀਏਸ਼ਨ ਦੇ ਸੁਖਦੇਵ ਸਰਸਾ, ਹੋਰ ਸਾਰੇ ਸਰਬਜੀਤ ਸਿੰਘ, ਹੋਰ ਬੰਦੇ ਵਕੀਲ, ਈਵਨ ਜਸਪਾਲ ਸਿੰਘ UNI 'ਚ ਜਿਨ੍ਹਾਂ ਨੇ ਕੰਮ ਕੀਤਾ, ਸਿੱਧੂ, ਇਹ ਸਾਰੇ ਸੀਗੇ। ਅਸੀਂ ਕਾਫੀ ਵੱਡਾ ਜਥਾ ਸੀਗਾ ਔਰ ਅਸੀਂ ਦੋਨੋਂ ਜਗ੍ਹਾ ਬੋਲ ਕੇ ਆਏ, ਹੌਸਲਾ ਦੇ ਕੇ ਆਏ ਹਾਂ ਆਪਣੀਆਂ, ਉਹਨਾਂ ਨੂੰ ਕਿਹਾ ਕਿ ਤੁਹਾਨੂੰ ਕੋਈ ਕਿਸੇ ਕਿਸਮ ਦੀ ਇਸ ਗੱਲ ਦੀ ਘਬਰਾਹਟ ਨਹੀਂ, ਚੋਣਾਂ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ, ਚੋਣਾਂ ਲਈ ਕੀਤਾ ਜਾ ਰਿਹਾ ਔਰ ਖਾਸ ਕਰ ਦਿੱਲੀ ਦੀਆਂ ਚੋਣਾਂ ਦੇ ਵਿੱਚ ਉਹਦਾ ਤਾਂ ਮੇਨ ਫੋਕਸ ਹੈ। ਆਪਾਂ ਜੋ ਉਹਨਾਂ ਦੇ ਮਿਨਿਸਟਰਾਂ ਵੱਲੋਂ ਕਿਹਾ ਗਿਆ, BJP ਵੱਲੋਂ ਕਵਾਇਆ ਗਿਆ, ਆਪਾਂ ਹੁਣ ਉਹ ਵਾਰ ਵਾਰ ਇੱਥੇ ਕਰਨ ਦੀ ਲੋੜ ਨਹੀਂ, ਬਹੁਤ ਵਾਰੀ ਜ਼ਿਕਰ ਹੋ ਚੁੱਕਾ, ਪਰ ਇੱਕ ਉਸ ਸਾਰੀ ਪ੍ਰਕਿਰਿਆ ਦੇ ਵਿੱਚ ਮੈਨੂੰ ਲੱਗਦਾ ਜਿਹੜਾ ਚੰਗਾ ਹੋਇਆ, ਜਿਹਦੇ ਵਿੱਚ ਮੈਂ ਮੋਦੀ ਜੀ ਨੂੰ ਅਤੇ ਅਮਿਤ ਸ਼ਾਹ ਨੂੰ ਬੜੀ ਵਧਾਈ ਦੇਣਾ ਇਸ ਗੱਲ ਦੀ ਕਿ ਉਹ ਲੋਕ ਜਿਹੜੇ ਕਦੀ ਇੱਕ ਦੂਜੇ ਨੂੰ ਮਿਲਦੇ ਨਹੀਂ ਸੀ, ਇੱਕ ਦੂਜੇ ਨੂੰ ਸਮਝਦੇ ਨਹੀਂ ਸੀ, ਅਲੱਗ ਥਲੱਗ ਪਏ ਰਹਿੰਦੇ ਸੀ, ਕੋਈ ਮਸਜਿਦ ਜਾਂਦਾ ਸੀ ਆਪਣੇ, ਕੋਈ ਗੁਰਦੁਆਰੇ 'ਚ ਜਾਂਦਾ ਸੀ, ਕੋਈ ਮੰਦਰ 'ਚ ਜਾਂਦਾ ਸੀ, ਕੋਈ ਗਿਰਜੇ 'ਚ ਜਾਂਦਾ ਸੀ। ਅੱਜ ਸਾਰੇ ਹੀ ਅੱਲਾਹੂ ਅਕਬਰ ਵੀ ਕਹਿਣ ਲੱਗ ਪਏ, ਸਾਰੇ ਜਵਾਬ ਦਿੰਦੇ ਆ, ਔਰ ਜਦੋਂ ਕੋਈ ਬੁੱਲੇ ਸੌ ਨਿਹਾਲ ਵੀ ਉੱਥੇ ਸਟੇਜ 'ਤੇ ਹੁੰਦਾ ਤਾਂ ਸਾਰੇ ਮੁਸਲਿਮ ਸਮੁਦਾਇ ਉਹਦਾ ਜਵਾਬ ਦਿੰਦਾ। ਕਿਆ ਭਾਰਤ ਜਿਹੜਾ ਅਸਲੀ ਭਾਰਤ ਆ ਉਹ ਜੁੜ ਕੇ ਤਕੜੇ ਤੌਰ 'ਤੇ, ਇੱਥੋਂ ਤੱਕ ਕਿ ਭਾਰਤ ਮਾਤਾ ਦੀ ਜੈ ਵੀ ਕਹਿ ਰਹੇ, ਬਿਲਕੁਲ ਕਹਿ ਰਹੇ ਆ, ਉਹ ਵੀ ਕਹਿੰਦੇ ਅਤੇ ਸਾਰੇ ਕਹਿੰਦੇ ਆ, ਕੋਈ ਦਿੱਕਤ ਹੀ ਨਹੀਂ ਹੈ ਕਿਸੇ ਨੂੰ। ਇਸ ਕਰਕੇ ਇਹ ਸਾਰੀ ਜਿਹੜੀ ਉੱਥੇ ਚੱਲ ਰਹੀ ਹੈ ਕਿ ਇੱਕ ਦੇਸ਼ ਦੇ ਵਿੱਚ ਜਿਹੜੀ ਰਾਜਨੀਤੀ ਜੁੜਤ ਦੀ, ਪਿਆਰ ਦੀ, ਭਰੋਸੇ ਦੀ ਔਰ ਤਾਕਤ ਦੀ ਔਰ ਗਲੀਆਂ ਦੇ ਵਿੱਚ ਖੜ੍ਹੇ ਹੋ ਕੇ ਇਨਸਾਫ ਮੰਗਣ ਦੀ, ਇੱਕ ਇਹ ਹੈ। ਔਰ ਦੂਜੇ ਪਾਸੇ ਤੁਹਾਨੂੰ ਪਤਾ ਹੀ ਆ ਸਟੇਟ ਵੱਲੋਂ ਜਿਹੜਾ ਚੱਲ ਰਿਹਾ ਆ ਕਿ ਉਹ ਹੈ ਕਿ ਇਹਨਾਂ ਨੂੰ ਕਮਜ਼ੋਰ, ਨਫ਼ਰਤ, ਭੈ, ਡਰਾਉਣਾ, ਅਲੱਗ ਥਲੱਗ ਕਰਨਾ, ਅਤੇ ਉਸ ਕਿਸਮ ਦੀ ਹੈ, ਉਸ ਦਾ ਜਵਾਬ ਜਿਹੜਾ ਸ਼ਹੀਨ ਬਾਗ ਦੇ ਵਿੱਚ ਮਿਲ ਰਿਹਾ। ਕਿਆ ਬਾਤ ਹੈ, ਹਾਂ ਇਹ ਬੜੀ ਅੱਛੀ ਗੱਲ ਲੱਗੀ ਵੀ ਉੱਥੇ ਬਹੁਤ ਜਿਹੜਾ ਇੱਕ ਜਿਹੜੀ ਤੁਸੀਂ ਗੱਲ ਕਹੀ ਉਹ ਬੜੀ ਕਮਾਲ ਦੀ ਗੱਲ, ਭੱਟੀ ਸਾਹਿਬ ਜਿਹੜੀ ਪ੍ਰੈਸ ਸਾਹਿਬ ਨੇ ਗੱਲ ਕਹੀ ਹੈ ਕਿ ਮੋਦੀ ਸਾਹਿਬ ਨੇ ਅਤੇ ਅਮਿਤ ਸ਼ਾਹ ਜੀ ਨੇ ਲੋਕਾਂ ਨੂੰ ਇਹ ਯਾਦ ਕਰਵਾਇਆ ਕਿ ਜਮਹੂਰੀਅਤ ਦੇ ਪ੍ਰਤੀ ਵੀ ਤੁਹਾਡੇ ਕੋਲ ਫਰਜ਼ ਹੈਗੇ ਆ, ਅਤੇ ਉਹ ਫਰਜ਼ ਜਿਹੜੇ ਹੈਗੇ ਆ ਉਹ ਸ਼ਹੀਨ ਬਾਗ ਦੇ ਵਿੱਚੋਂ ਸਾਨੂੰ ਜਿਹੜੇ ਹੈ ਉਹ ਸਾਹਮਣੇ ਸਾਡੇ ਆ ਰਹੇ ਆ, ਉੱਥੇ ਫਰਜ਼ ਨਿਭਾਈ ਜਿਹੜੀ ਹੈ ਉਹ ਹੋ ਰਹੀ ਹੈ। ਮਦਨ ਦੀਪ ਜੀ, ਇੱਕ ਪੰਜਾਬੀ 'ਚ ਅਖਾਣ ਹੈ, ਲੱਲਾ ਖਰੇ ਵਾ ਲੱਲੀਆਂ ਰੱਬ ਸਿੱਧੀਆਂ ਪਾਈਆਂ। ਜੇ ਇਹ ਗੱਲ ਸੋਚੀ ਜਾਏ, ਸਮਝੀ ਜਾਏ, ਤੇ ਇਹ ਜਿਹੜੀ ਗੱਲ ਪ੍ਰੋਫੈਸਰ ਮਨਜੀਤ ਸਿੰਘ ਜੀ ਨੇ ਕਹੀ ਹੈ ਵੀ ਭਾਰਤ ਦੀ ਏਕਤਾ ਵਿੱਚ ਅਖੰਡਤਾ ਤੇ ਅਖੰਡਤਾ ਦੇ ਵਿੱਚ ਏਕਤਾ ਨਜ਼ਰ ਆਈ ਹੈ, ਇਹ ਇੱਕ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਭਾਰਤ ਵਾਸੀਆਂ ਲਈ, ਵੀ ਦੀ ਪੀਪਲ ਆਫ ਇੰਡੀਆ ਲਈ। ਔਰ ਇਸ ਦਾ ਮਤਲਬ ਇਹ ਹੈ ਅਸੀਂ ਭਾਰਤ ਦੇ ਲੋਕ, ਵੀ ਦੀ ਪੀਪਲ ਆਫ ਇੰਡੀਆ, ਅਸੀਂ ਸੁਪਰੀਮ ਹਾਂ, ਕਿਸੇ ਪਾਰਟੀ ਨਾਲ ਅਸੀਂ ਜਾਤਵਾਤ ਜਾਂ ਵਿਰੋਧ ਦੇ ਵਿੱਚ ਨਹੀਂ ਪੈਂਦੇ ਜਾਂ ਨਹੀਂ ਤੁਰਦੇ, ਸਾਡਾ ਆਪਣਾ ਵੀ ਦਿਮਾਗ ਹੈਗਾ, ਅਸੀਂ ਸੋਚਣ ਦੀ ਸਮਰੱਥਾ ਰੱਖਦੇ ਹਾਂ। ਇਹ ਗੱਲ ਬੜੀ ਸਾਫ ਸਪਸ਼ਟ ਤੌਰ 'ਤੇ ਸ਼ਹੀਨ ਬਾਗ ਤੋਂ ਉਗੜ ਕੇ ਸਾਹਮਣੇ ਆਈ ਹੈ। ਔਰ ਦੂਜੀ ਚੀਜ਼ ਇਹ ਹੈ ਦੇਖਣ ਵਾਲੀ, ਦਿੱਲੀ ਦੰਗਲ ਜਿਹੜਾ ਚੱਲ ਰਿਹਾ, ਮੈਂ 4 ਕੁ ਦਿਨ ਪਹਿਲੇ ਇਹ ਦੇਖ ਰਿਹਾ ਸੀ ਵੀ ਕੇਜਰੀਵਾਲ ਸਾਹਿਬ ਇੱਕ ਪ੍ਰੋਗਰਾਮ ਵਿੱਚ ਸ਼ਾਮਿਲ ਸੀਗੇ, ਲੇਡੀਜ਼ ਵਰਸਿਸ ਕੇਜਰੀਵਾਲ ਇੱਕ ਪ੍ਰੋਗਰਾਮ ਚੱਲ ਰਿਹਾ ਸੀਗਾ, ਜਿਹਦੇ ਵਿੱਚ ਕੇਜਰੀਵਾਲ ਸਾਹਿਬ ਨੇ ਆਪ ਆਪਣੀਆਂ ਡਿਵੈਲਪਮੈਂਟਸ ਦਾ ਜ਼ਿਕਰ ਕੀਤਾ, ਸਾਰਾ ਕੁਝ ਕੀਤਾ, ਔਰ ਉਹਨਾਂ ਨੇ ਇਹ ਗੱਲ ਕਹੀ ਹੈ ਜੇ ਕੇਜਰੀਵਾਲ ਆਤੰਕਵਾਦੀ ਹੈ ਤਾਂ ਬਟਨ ਇੰਨਾ ਜ਼ੋਰ ਦੀ ਦਬਾਓ ਵੀ ਉਹਦਾ ਕਰੰਟ ਜਿਹੜਾ ਉਹ BJP ਦੇ ਹੈੱਡਕੁਆਰਟਰ ਵਿੱਚ ਜਾ ਕੇ ਲੱਗੇ।
ਔਰ ਉਹਨਾਂ ਨੂੰ ਇਹ ਗੱਲ ਕਿਉਂ ਕਹਿਣੀ ਪੈ ਗਈ? ਕੇਜਰੀਵਾਲ ਨੇ ਇਹ ਕਿਹਾ ਵੀ ਮੈਨੂੰ ਵੋਟ ਬਿਲਕੁਲ ਨਾ ਪਾਇਓ ਕਿਸੇ ਮਾਂ ਦੇ ਲਾਗ ਵਿੱਚ। ਉਹਨਾਂ ਨੇ ਕਿਹਾ ਸੀ, ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜੇ ਮੈਂ ਅੱਤਵਾਦੀ ਹਾਂ, ਜਿਵੇਂ ਕਿ ਅਮਿਤ ਸ਼ਾਹ ਮੈਨੂੰ ਕਹਿ ਰਹੇ ਆ, ਬੀਜੇਪੀ ਕਹਿ ਰਹੀ ਹੈ, ਤਾਂ ਤੁਸੀਂ ਜੇ ਮੈਂ ਅੱਤਵਾਦੀ ਹਾਂ ਤਾਂ ਮੈਨੂੰ ਵੋਟ ਬਿਲਕੁਲ ਨਾ ਪਾਓ। ਮੈਂ ਇਹੀ ਚੀਜ਼ ਇੱਧਰ ਹੀ ਆ ਰਿਹਾ ਸੀ, ਉਹਨਾਂ ਨੇ ਇਹ ਗੱਲ ਸਾਫ਼ ਅਤੇ ਸਪੱਸ਼ਟ ਤੌਰ 'ਤੇ ਕਹੀ ਹੈ। ਨਾਲ ਉਹਨਾਂ ਨੇ ਇਹ ਵੀ ਕਿਹਾ ਜੇ ਮੈਂ ਸਕੂਲਾਂ ਦੇ ਵਿੱਚ ਸੁਧਾਰ ਕੀਤਾ, ਬੱਚਿਆਂ ਦਾ ਸੁਧਾਰ ਕੀਤਾ, ਸਟੱਡੀ, ਅਤੇ ਮੈਂ ਕੋਈ ਆਤੰਕਵਾਦ ਖੜ੍ਹਾ ਨਹੀਂ ਕੀਤਾ। ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ। ਔਰ ਇਸ ਚੀਜ਼ ਤੋਂ ਬੀਜੇਪੀ ਨੂੰ ਅਤੇ ਜਿਹੜੀਆਂ ਹੋਰ ਸਾਡੀਆਂ ਨੈਸ਼ਨਲ ਪਾਰਟੀਆਂ, ਕੇਜਰੀਵਾਲ ਦਾ ਜਿਹੜਾ ਮਾਡਲ ਹੈ ਆਮ ਆਦਮੀ ਪਾਰਟੀ ਦਾ ਦਿੱਲੀ ਦੇ ਵਿੱਚ, ਜੇ ਉਸਨੂੰ ਅੱਗੇ ਤੋਰਿਆ ਜਾਏ ਤਾਂ ਮੇਰਾ ਖਿਆਲ ਹੈ ਕਿਸੇ ਦੀ ਕੋਈ ਬੇਇੱਜ਼ਤੀ ਨਹੀਂ ਹੁੰਦੀ। ਦੇਸ਼ ਦੀ ਇੱਜ਼ਤ ਵੱਧਦੀ ਹੈ, ਮਾਣ ਵੱਧਦਾ, ਸਤਿਕਾਰ ਵੱਧਦਾ। ਪੰਜਾਬ ਦੇ ਲੋਕ ਖੜੇ ਨੇ ਔਰ ਉੱਥੇ ਪੰਜਾਬ ਦੇ ਲੋਕਾਂ ਨੇ 370 ਤੇ ਸ਼ਹੀਨ ਬਾਗ ਦੇ ਵਿੱਚ ਜੋ ਗੱਲ ਪੰਡਿਤ ਸਾਹਿਬ ਨੇ ਕੀਤੀ ਹੈ, ਬਈ ਪੰਜਾਬੀਆਂ ਦਾ ਸਿਰ ਉੱਚਾ ਹੋਇਆ। ਅਸੀਂ ਚੋਣਾਂ ਦੇ ਉੱਪਰ ਅਸੀਂ ਇਹਦਾ ਕੀ ਅਸਰ ਹੋਏਗਾ ਇਹਦੇ ਤੇ ਅਸੀਂ ਆਵਾਂਗੇ। ਕੁਝ ਹੋਰ ਮੁੱਦੇ ਪਹਿਲਾਂ ਅਸੀਂ ਵਿਚਾਰਨੇ ਚਾਹੁੰਦੇ ਹਾਂ, ਪਰ ਉਸ ਤੋਂ ਪਹਿਲਾਂ ਮੈਂ ਜਿਹੜਾ ਹੈ ਢਿੱਲੋ ਸਾਹਿਬ ਦਾ ਜ਼ਰੂਰ ਮੈਂ ਥੋੜ੍ਹਾ ਜਿਹਾ ਮੈਂ ਢਿੱਲੋ ਸਾਹਿਬ ਤੋਂ ਜਾਣਨਾ ਚਾਹੂੰਗਾ। ਦੋਨਾਂ ਦੀ ਗੱਲਾਂ ਸੁਣੀਆਂ ਢਿੱਲੋ ਸਾਹਿਬ ਨੇ, ਬੜੇ ਧਿਆਨ ਨਾਲ ਸੁਣੀਆਂ, ਵਿੱਚੋਂ ਵਿੱਚੋਂ ਤੁਸੀਂ ਥੋੜ੍ਹਾ ਜਿਹਾ ਉਤਸੁਕ ਵੀ ਹੋ ਰਹੇ ਸੀ ਬੋਲਣ ਲਈ। ਨਹੀਂ ਮੈਂ ਇੱਕ ਵਾਰ ਨਹੀਂ ਇੰਟਰਪਟ ਕੀਤਾ। ਬੋਲ, ਨਹੀਂ ਨਹੀਂ ਤੁਸੀਂ ਬੋਲ ਸਕਦੇ ਹੋ, ਹੁਣ ਬੋਲ ਸਕਦੇ ਹੋ, ਬਿਲਕੁਲ ਬੋਲ ਸਕਦੇ ਹੋ। ਟਾਈਮ ਹੀ ਨਹੀਂ ਰਹਿ ਗਿਆ। ਨਹੀਂ ਟਾਈਮ ਕੋਈ ਗੱਲ ਨਹੀਂ, ਅੱਗੇ ਫਿਰ ਤੁਹਾਡੇ ਕੋਲ ਆਵਾਂਗੇ ਦੁਬਾਰਾ ਅਸੀਂ, ਕੋਈ ਗੱਲ ਨਹੀਂ, ਤੁਸੀਂ ਆਪਣੀ ਗੱਲ ਕਹੋ। ਹਾਂਜੀ ਦੇਖੋ, ਪ੍ਰੋਫੈਸਰ ਮਨਜੀਤ ਸਿੰਘ ਨੇ ਬੜਾ ਇੱਕ ਲੰਬਾ ਚੌੜਾ ਭਾਸ਼ਣ ਦਿੱਤਾ ਇੱਥੇ। ਭਾਸ਼ਣ ਹੀ ਕਿਹਾ ਜਾ ਸਕਦਾ, ਕਿਉਂਕਿ ਇਹਦੇ ਵਿੱਚ ਜਿਹੜਾ ਹੈ ਗੱਲ ਨੂੰ ਅੱਗੇ ਤੋਰਨਾ ਜਿਹੜਾ ਹੈਗਾ ਉਹਦੇ ਲਈ ਭੂਮਿਕਾ ਬਣਨੀ ਬੜੀ ਜ਼ਰੂਰੀ ਸੀ, ਜਿਹੜੀ ਪ੍ਰੈਸ ਨੇ ਭੂਮਿਕਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਪਰ ਇਹਦੇ ਵਿੱਚ ਬਹੁਤ ਸਾਰੀਆਂ ਕੰਟਰਡਿਕਸ਼ਨਸ ਨੇ। ਇਹਨਾਂ ਨੇ ਗੱਲ ਕੀਤੀ ਕਿ ਸ਼ਾਹੀਨ ਬਾਗ ਦੀ ਜਾਂ CAA ਦੀ ਜਾਂ ਚੋਣਾਂ ਦੀ ਜਾਂ ਪਾਕਿਸਤਾਨ ਦੇ ਵਿੱਚ ਅਸੀਂ ਜਾਂਦੇ ਤਾਂ ਲਾਹੌਰ ਵਾਲਾ ਮਾਹੌਲ ਆ ਜਿਹਨਾਂ ਨੂੰ ਦਿੱਲੀ 'ਚ ਨਜ਼ਰ ਆਉਣਾ ਸ਼ੁਰੂ ਹੋ ਗਿਆ। ਇਹਨਾਂ ਦੀ ਗੱਲ ਤੋਂ ਹੀ ਸਮਝ ਆ ਜਾਂਦੀ ਹੈ ਕਿ ਪਾਕਿਸਤਾਨ ਦਾ ਲਾਹੌਰ ਜਿਹੜਾ ਉਹ ਅੱਜ ਦਿੱਲੀ ਦੇ ਵਿੱਚ ਨਜ਼ਰ ਆ ਰਿਹਾ ਇਹਨਾਂ ਨੂੰ, ਔਰ ਇਹਨਾਂ ਨੂੰ ਬੜਾ ਚਾਅ ਚੜ੍ਹਦਾ ਉਹ ਲਾਹੌਰ ਦੀ ਗੱਲਬਾਤ ਕਰਕੇ ਬਜਾਏ ਕਿ ਦਿੱਲੀ ਦੀ ਗੱਲਬਾਤ ਕਰਕੇ। ਸੋ ਇੱਥੋਂ ਹੀ ਇਹਨਾਂ ਦੀ ਸੋਚ ਜਿਹੜੀ ਆ ਉਹ ਪ੍ਰਗਟ ਹੋ ਕੇ ਸਾਹਮਣੇ ਆ ਜਾਂਦੀ ਹੈ। ਇਹਦੇ ਤੋਂ ਕੀ ਸੋਚ ਬਣਦੀ? ਇਹਦੇ ਤੋਂ ਸੋਚ ਇਹ ਬਣਦੀ ਹੈ ਕਿ ਇਹਨਾਂ ਨੂੰ ਅੱਜ ਗੱਲ ਉਹ ਜੇ 1990 ਦੀ ਕਰੀਏ ਵੀ ਜਿਹੜੇ ਕਸ਼ਮੀਰ ਦੇ ਵਿੱਚੋਂ ਉੱਥੋਂ ਪੰਡਿਤ ਕੱਢ ਕੱਢ ਕੇ ਜਦੋਂ ਬਾਹਰ ਸੁੱਟੇ ਸੀਗੇ, ਉਹ ਘਰਾਂ ਦੇ ਵਿੱਚੋਂ ਉਹਨਾਂ ਨੂੰ ਬੇਘਰ ਕੀਤਾ ਸੀਗਾ, ਇੱਜ਼ਤਾਂ ਪੱਤਾਂ ਲੁੱਟੀਆਂ ਸੀ, ਉਦੋਂ ਸਰਦਾਰ ਮਨਜੀਤ ਸਿੰਘ ਹੋਣਾਂ ਦੀ ਇੱਕ ਆਵਾਜ਼ ਨਹੀਂ ਆਈ, ਔਰ ਨਾ ਕਦੀ ਇਹਨਾਂ ਨੇ ਕੋਈ ਜਲੂਸ ਜਲਸਾ ਨਾ ਕੋਈ ਆਵਾਜ਼ ਉਹਨਾਂ ਦੇ ਹੱਕ ਦੇ ਵਿੱਚ ਬੁਲੰਦ ਕੀਤੀ। ਔਰ ਜਿਹੜੇ ਵਿਚਾਰੇ ਅੱਜ ਸਾਲਾਂ ਤੋਂ ਕੈਂਪਾਂ ਦੇ ਵਿੱਚ ਰਹਿ ਰਹਿ ਕੇ ਬੁਰੀ ਹਾਲਤ ਉਹਨਾਂ ਦੀ ਹੋਈ, ਉਹਨਾਂ ਬਾਰੇ ਇਹਨਾਂ ਨੇ ਇੱਕ ਅੱਖਰ ਨਹੀਂ ਕਦੀ ਬੋਲਿਆ, ਔਰ ਅੱਜ ਇਹਨਾਂ ਨੂੰ ਜਦੋਂ ਕੋਈ ਗੱਲ ਅੱਜ CAA ਕੀ ਹੈ, ਕਿਸੇ ਦੀ ਨਾਗਰਿਕਤਾ ਲੈਣ ਦਾ ਕਾਨੂੰਨ ਜਾਂ ਦੇਣ ਦਾ ਕਾਨੂੰਨ ਹੈ, ਵਾਰ ਵਾਰ ਅਸੀਂ ਕਲੀਅਰ ਕਰ ਚੁੱਕੇ ਹਾਂ। ਇੱਕ ਮੇਰਾ ਸਵਾਲ ਲਓਗੇ? ਮੈਂ ਲੈ ਤੁਹਾਡਾ ਪਰਿਵਾਰ ਪਾਕਿਸਤਾਨ ਤੋਂ ਆਇਆ ਹੋਇਆ? ਮੇਰਾ ਅੱਧਾ ਪਰਿਵਾਰ ਪਾਕਿਸਤਾਨ ਤੋਂ ਆਇਆ। ਜਿਹੜੇ ਪਾਕਿਸਤਾਨ ਤੋਂ ਆਏ ਆ ਉਹਨਾਂ ਨੂੰ ਕਦੇ ਆਪਦੇ ਪਿਛੋਕੜ ਦੀ ਯਾਦ ਨਹੀਂ ਆਈ? ਬਿਲਕੁਲ ਆਉਂਦੀ ਹੈ, ਆਉਂਦੀ ਹੈ ਨਾ, ਅਤੇ ਉਸੇ ਸੰਦਰਭ 'ਚ ਲਾਹੌਰ ਦੀ ਯਾਦ ਮਨਜੀਤ ਸਿੰਘ ਜੀ ਨੂੰ ਆਈ ਹੈ। ਮਨਜੀਤ ਸਿੰਘ ਨੂੰ ਉਸ ਸੰਦਰਭ 'ਚ ਆਈ ਹੁੰਦੀ ਤਾਂ ਮੈਂ ਬਹੁਤ ਖੁਸ਼ ਹੁੰਦਾ। ਬਿਲਕੁਲ, ਇਹਨਾਂ ਨੂੰ ਦਿੱਲੀ 'ਚ ਲਾਹੌਰ ਨਜ਼ਰ ਆਇਆ। ਦਿੱਲੀ ਤੇ ਲਾਹੌਰ ਦਾ ਸੰਬੰਧ ਤੁਸੀਂ, ਮੈਂ ਤੁਹਾਡੇ ਕੋਲ ਦੁਬਾਰਾ ਆਉਣਾ ਦਿੱਲੀ ਤੇ ਲਾਹੌਰ ਦਾ ਜਾਣ ਕੇ ਦੇਸ਼ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਪੈਂਡਿੰਗ ਮਸਲੇ ਜਿਹੜੇ ਲੰਬੇ ਸਮਿਆਂ ਤੋਂ ਸੀ, ਉਦੋਂ ਇੱਕ ਨਰਿੰਦਰ ਮੋਦੀ ਵਰਗਾ ਇਹੋ ਜਿਹਾ ਡਿਟਰਮਿਨ ਬੰਦਾ, ਇੱਕ ਡਿਟਰਮਿਨ ਪੂਰਾ ਜਿਹੜਾ ਆਪਣੇ ਆਪ ਨੂੰ ਸਮਰਪਿਤ ਆ ਦੇਸ਼ ਵਾਸਤੇ, ਉਹਨੇ ਆਣ ਕੇ ਲੰਬੇ ਮਸਲੇ ਜਿਹੜੇ ਸਮੇਂ ਤੋਂ ਟਲਦੇ ਆ ਰਹੇ ਸੀ ਉਹਨਾਂ ਨੂੰ ਹੱਲ ਕਰਨ ਦੇ ਵੱਲ ਵਧਿਆ, ਹੱਲ ਕੀਤੇ ਨੇ, ਅਤੇ ਉਹਦੇ ਨਾਲ ਕੁਛ ਗਿਣਤੀ ਕੁਛ ਲੋਕਾਂ ਨੂੰ ਜਿਹੜਾ ਉਹਦੇ 'ਚ ਤਕਲੀਫ ਹੋਈ ਹੈ, ਉਹ ਤਕਲੀਫ ਜਿਹੜੀ ਇਹਨਾਂ ਦੀ ਸਾਹਮਣੇ ਨਿਕਲ ਕੇ ਆਈ ਹੈ, ਕਿਉਂਕਿ ਜਿਹੜੀਆਂ ਬਿਮਾਰੀਆਂ ਲੰਬੇ ਸਮੇਂ ਤੋਂ ਦੇਸ਼ ਦੇ ਵਿੱਚ ਪੈਦਾ ਹੋ ਰਹੀਆਂ ਸੀਗੀਆਂ, ਅੰਦਰ ਅੰਦਰ ਪਣਪ ਰਹੀਆਂ ਸੀਗੀਆਂ, ਉਹਨਾਂ ਦੇ ਉੱਤੇ ਇਹੋ ਜਿਹਾ ਛਿੜਕਾਅ ਕੀਤਾ ਕਿ ਅੱਜ ਉਹ ਬਿਮਾਰੀਆਂ ਨਿਕਲ ਕੇ ਬਾਹਰ ਆ ਰਹੀਆਂ ਨੇ, ਉਹ ਵਲਵਲੇ ਜਿਹੜੇ ਸੀਗੇ ਅੰਦਰ ਅੰਦਰ ਦਬਦੇ ਅੱਜ ਇਹਨਾਂ ਦੇ ਉਹ ਜਿਹੜੇ ਆ ਉਹ ਸਾਹਮਣੇ ਉਜਾਗਰ ਹੋ ਗਏ ਨੇ। ਇਸ ਕਰਕੇ ਦੇਸ਼ ਵਿਰੋਧੀ ਕਈ ਤਾਕਤਾਂ ਜਿਹੜੀਆਂ ਨੇ ਸਾਹਮਣੇ ਆਣ ਕੇ ਲੱਗ ਪਈਆਂ ਨੇ, ਹਜੇ ਰੌਲੇ ਆਪੇ ਪਾਉਣ ਤੁਹਾਨੂੰ ਵਿਰੋਧੀ ਜਿਹੜੇ ਹੈਗੇ ਆ ਉਹ ਕੀਟਾਣੂ ਨਜ਼ਰ ਆਉਂਦੇ ਆ, ਉਹ ਬਿਮਾਰੀਆਂ ਨਜ਼ਰ ਆਉਂਦੇ ਆ। ਨਹੀਂ ਨਹੀਂ ਨਹੀਂ, ਬ੍ਰੇਕ ਦਾ ਵੇਲਾ ਆ, ਬ੍ਰੇਕ ਤੋਂ ਬਾਅਦ ਢਿੱਲੋ ਸਾਹਿਬ ਤੁਹਾਡੇ ਕੋਲ ਦੁਬਾਰਾ ਮੈਂ ਆਉਣਾ ਆ। ਦਿੱਲੀ ਤੇ ਲਾਹੌਰ ਦਾ ਜਿਹੜਾ ਸੰਬੰਧ ਹੈਗਾ ਉਹ ਕਿਸੇ ਵੀ ਹਾਲਤ ਵਿੱਚ ਓਨੀ ਦੇਰ ਤੱਕ ਨਹੀਂ ਟੁੱਟ ਸਕਦਾ ਜਿੰਨੀ ਦੇਰ ਤੱਕ ਹਿੰਦੁਸਤਾਨ ਦੇ ਵਿੱਚ ਪੰਜਾਬ ਹੈ। ਮੈਂ ਇੱਕ ਅਰਜ਼ ਕਰੂੰਗਾ, ਸੁਣੋ ਮੇਰੀ ਗੱਲ ਜੀ, ਮੈਂ ਇੱਕ ਅਰਜ਼ ਕਰੂੰਗਾ, ਇੱਕ ਮਿੰਟ ਜੀ, ਮੈਂ ਢਿੱਲੋ ਸਾਹਿਬ ਤੁਹਾਨੂੰ ਦੁਬਾਰਾ ਆਉਂਗੇ ਤਾਂ ਮੈਨੂੰ ਕਿਰਪਾ ਕਰਕੇ ਉਹਨਾਂ ਕੁ ਟਾਈਮ ਜ਼ਰੂਰ ਦੇ ਦਿਓ ਜਿੰਨਾ ਕੁ ਮਨਜੀਤ ਸਿੰਘ ਨੂੰ ਦਿੱਤਾ ਬਿਨਾਂ ਟੋਕੇ। ਜ਼ਰੂਰ ਦਊਂਗਾ, ਧੰਨਵਾਦ, ਜ਼ਰੂਰ ਦਊਂਗਾ। ਔਰ ਲਾਹੌਰ ਦੇ ਵਿੱਚ ਤੁਸੀਂ ਜਾਓਗੇ ਤਾਂ ਲਾਹੌਰ ਨੂੰ ਦਿੱਲੀ ਬਹੁਤ ਯਾਦ ਆਉਂਦੀ ਹੈ, ਇਹ ਆਪਸੀ ਸੰਬੰਧ ਆ, ਇਤਿਹਾਸਿਕ ਸੰਬੰਧ ਆ, ਇਹਨਾਂ ਨੂੰ ਤੋੜਨਾ ਬਹੁਤ ਔਖਾ ਹੈ, ਜੇਲ੍ਹ 'ਚੋਂ ਨਿਕਲ ਹੀ ਨਹੀਂ ਸਕਦੇ। ਸੋ ਬਣੇ ਰਹੋ, ਬ੍ਰੇਕ ਤੋਂ ਬਾਅਦ ਅਸੀਂ ਤੁਰੰਤ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਤੁਹਾਡਾ ਮੁੜ ਸਵਾਗਤ ਹੈ। ਢਿੱਲੋ ਸਾਹਿਬ, ਤੁਸੀਂ ਆਪਣੀ ਗੱਲ ਸਵਾਗਤ ਜਿਹੜੀ ਆ ਉਹ ਕਰੋ।
ਤੇ ਗੱਲ ਕਰ ਪਰ ਮੇਰਾ ਇੱਕ ਮੇਰੀ ਬੇਨਤੀ ਹੈ ਬਹੁਤ ਜ਼ਿਆਦਾ ਲੰਬਾ ਸਮਾਂ ਨਾ ਲਿਓ ਨਹੀਂ ਬਹੁਤ ਜ਼ਿਆਦਾ ਲੰਬਾ ਨਹੀਂ ਸਿਰਫ ਉਹਨਾਂ ਕੁ ਦੇ ਦਿਓ ਜਿੰਨਾ ਕੁ ਪ੍ਰੋਫੈਸਰ ਸਾਹਿਬ ਨੂੰ ਦਿੱਤਾ ਸੀਗਾ ਤੇ ਜਿਹੜੀ ਆਪਣੀ ਗੱਲ ਆ ਢੰਗ ਤਰੀਕੇ ਨਾਲ ਜਾਣਾ ਪੂਰਾ ਕੋਈ ਨਹੀਂ ਚੱਲਦਾ ਰੱਖ ਸਕੀਏ ਮੈਂ ਦੱਸ ਦੂੰਗਾ ਤੁਸੀਂ ਸਮਾਂ ਖੁੱਲਾ ਦਿਓ ਜੀ ਢਿੱਲੋ ਨਹੀਂ ਨਹੀਂ ਕੋਈ ਹੁਣ ਦੋ ਚੀਜ਼ਾਂ ਇਹਨਾਂ ਨੇ ਇੱਕ ਤੇ ਇਹਨੂੰ ਦਿੱਲੀ ਚੋਣਾਂ ਦੇ ਨਾਲ ਜੋੜ ਕੇ ਵੇਖਿਆ ਦਿੱਲੀ ਦੇ ਚੋਣਾਂ ਦੇ ਵਿੱਚ ਕੇਜਰੀਵਾਲ ਨੇ ਕੀ ਕੀਤਾ ਜੀ ਸਾਢੇ ਚਾਰ ਸਾਲ ਤੱਕ ਤਾਂ ਇਹ ਰੌਲਾ ਪਾਉਂਦਾ ਰਿਹਾ ਕਿ ਮੈਨੂੰ ਕੇਂਦਰ ਦੀ ਸਰਕਾਰ ਕੁਛ ਨਹੀਂ ਕਰਨ ਦੇ ਰਹੀ ਮੈਨੂੰ ਕੇਂਦਰ ਦੀ ਸਰਕਾਰ ਮੋਦੀ ਨਹੀਂ ਕੁਛ ਕਰਨ ਦੇ ਰਿਹਾ ਮੇਰੇ ਹੱਥ ਬੰਨ ਤੇ ਮੇਰਾ ਆਹ ਕਰਤਾ ਲੇਕਿਨ ਲਾਸਟ ਵਾਲੇ ਪੰਜਾਂ ਛੇ ਮਹੀਨਿਆਂ ਦੇ ਵਿੱਚ ਕੀ ਕੀਤਾ ਬਿਜਲੀ ਫਰੀ ਪਾਣੀ ਫਰੀ ਬੱਸਾਂ ਫਰੀ ਕਿਰਾਇਆ ਫਰੀ ਆਹ ਫਰੀ ਉਹ ਫਰੀ 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 ਕਰਕੇ ਲੋਕਾਂ ਨੂੰ ਇੱਕ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੂੰ ਇੱਕ ਫਰੀ ਦਾ ਲਾਲਚ ਦੇ ਕੇ ਔਰ ਵੱਡੀਆਂ ਵੱਡੀਆਂ ਐਡਵਰਟਾਈਜ਼ਮੈਂਟਸ ਦੇ ਕੇ ਬਹੁਤ ਵੱਡੇ ਵੱਡੇ ਬੈਨਰ ਬਹੁਤ ਵੱਡੇ ਵੱਡੇ ਪ੍ਰਚਾਰ ਕਰਕੇ ਉਹਨੇ ਕੋਸ਼ਿਸ਼ ਕੀਤੀ ਕਿ ਮੈਂ ਤਾਂ ਜੀ ਦਿੱਲੀ ਜਿਹੜੀ ਆ ਉਹ ਬਦਲਤੀ ਸਾਢੇ ਚਾਰ ਸਾਲ ਤੋਂ ਸ਼੍ਰੀਮਾਨ ਜੀ ਨੇ ਕੁਛ ਨਹੀਂ ਕੀਤਾ ਕੋਈ ਕਿਸੇ ਦਾ ਕਾਰਵਾਈ ਨਹੀਂ ਇੱਕ ਸਕੂਲਾਂ ਦੀ ਗੱਲ ਨੂੰ ਲੈ ਕੇ ਆਪਾਂ ਮੈਂ ਅੱਜ ਪੋਜ਼ਿਟਿਵ ਨੋਟ ਦੇ ਉੱਤੇ ਲੈਂਦਾ ਕਿ ਠੀਕ ਹੈ ਸਕੂਲਾਂ ਦਾ ਥੋੜ੍ਹਾ ਬਹੁਤ ਸੁਧਾਰ ਹੋਇਆ ਪਰ ਉਹਨਾਂ ਨੇ 300 ਨਵੇਂ ਸਕੂਲ ਖੋਲ੍ਹਣ ਦਾ ਜਿਹੜਾ ਵਾਅਦਾ ਕੀਤਾ ਸੀਗਾ ਉਦੋਂ ਚੋਂ ਇੱਕ ਵੀ ਸਕੂਲ ਨਹੀਂ ਖੁੱਲ੍ਹਿਆ ਜੇ ਦਿੱਲੀ 'ਚ ਭਾਜਪਾ ਹਾਰ ਜਾਂਦੀ ਹੈ ਜੇ ਦਿੱਲੀ 'ਚ ਭਾਜਪਾ ਹਾਰ ਜਾਂਦੀ ਹੈ ਨਹੀਂ ਜੇ ਕੇਜਰੀਵਾਲ ਦੁਬਾਰਾ ਜਿੱਤ ਜਾਂਦਾ ਹੈ ਖੋਲ੍ਹਿਆ ਹੋਵੇ ਤੇ ਕੇਜਰੀਵਾਲ ਸਾਹਿਬ ਸੌਂ ਖਾ ਜਾਣ ਜਾਂ ਪ੍ਰੋਫੈਸਰ ਮਨਜੀਤ ਸਿੰਘ ਸੌਂ ਖਾ ਜਾਣੇ ਵੀ ਪ੍ਰੋਫੈਸਰ ਨੇ ਮੈਂ ਕਿਹੜਾ ਇਹ ਦੱਸ ਦੇਣ ਵੀ ਹਾਂਜੀ ਉੱਥੇ ਉਹਨੇ ਕਾਲਜ ਖੋਲ੍ਹਿਆ ਨਵਾਂ ਨਹੀਂ ਨਹੀਂ ਇਹ ਝੂਠ ਬੋਲਣਗੇ ਤਾਂ ਲੋਕ ਹਰਾ ਦੇਣਗੇ ਝੂਠ ਬੋਲਣਗੇ ਨਹੀਂ ਉਹਨੇ ਪ੍ਰਚਾਰ ਇਸ ਹਿਸਾਬ ਨਾਲ ਫਰੀ ਫਰੀ ਦੀਆਂ ਜਿਹੜੀਆਂ ਸਾਡੇ ਆਦਤ ਪੈ ਗਈ ਹੈ ਨਾ ਆਪਾਂ ਨੂੰ ਰਿਓੜੀਆਂ ਖਾਣ ਦੀ ਫਰੀ ਵਾਲੀਆਂ ਇਹ ਬਹੁਤ ਬਾਅਦ ਵਿੱਚ ਜਾ ਕੇ ਜਿਹੜੀਆਂ ਇਹ ਸ਼ੂਗਰ ਕਰਦੀਆਂ ਹੁੰਦੀਆਂ ਨੇ ਇਹ ਮਿੱਠਾ ਪਹਿਲਾਂ ਚੰਗਾ ਲੱਗਦਾ ਬਾਅਦ ਵਿੱਚ ਜਦੋਂ ਬਿਮਾਰੀ ਲੱਗਦੀ ਹੈ ਸ਼ੂਗਰ ਦੀ ਉਹ ਫਿਰ ਜਾ ਕੇ ਬੰਦੇ ਨੂੰ ਓਨਾ ਹੀ ਪਰੇਸ਼ਾਨ ਕਰਦੀ ਹੈ ਇਸ ਕਰਕੇ ਇਹ ਬੜਾ ਹੀ ਦੂਜੀ ਗੱਲ ਆ ਗਈ ਤੁਸੀਂ ਹੁਣ ਆਪਣੀ ਗੱਲ ਕਹਿ ਰਹੇ ਹੋ ਅੱਗੇ ਅੱਗੇ ਹੋਰ ਤੁਹਾਨੂੰ ਦੇ ਅੱਧਾ ਮਿੰਟ ਵੀ ਨਹੀਂ ਹੋਇਆ ਜੀ ਮੈਨੂੰ ਤਾਂ ਗੱਲ ਕਰਦੇ ਨੂੰ ਚੱਲ ਅੱਧਾ ਮਿੰਟ ਹੋਰ ਲੈ ਲਓ ਇਹਨਾਂ ਦੇ ਸੀਏ ਦਾ ਵੀ ਜਵਾਬ ਦੇਣਾ ਹਾਲੇ ਅੱਧਾ ਮਿੰਟ ਲੈ ਲਓ ਹਾਲੇ ਸ਼ਾਹੀਨ ਬਾਗ ਦਾ ਜਵਾਬ ਦੇਣਾ ਨਹੀਂ ਪਰ ਇਹਨਾਂ ਲੰਬਾ ਚੌੜਾ ਜਿਹੜਾ ਸ਼ਾਹੀਨ ਬਾਗ ਦੀ ਇਹਨਾਂ ਨੇ ਚਰਚਾ ਛੇੜੀ ਸੀ ਸ਼ਾਹੀਨ ਬਾਗ ਦੀ ਚਰਚਾ ਛੇੜੀ ਸੀ ਪਹਿਲਾਂ ਤੁਸੀਂ ਕਹਿ ਚੁੱਕੇ ਹੋ ਕਿ ਇਹਨਾਂ ਸ਼ਾਹੀਨ ਬਾਗ ਨੂੰ ਦਿੱਲੀ ਬਣਾਤਾ ਲਾਹੌਰ ਬਣਾਤਾ ਕਹਿ ਚੁੱਕੇ ਨਹੀਂ ਨਹੀਂ ਉਹ ਗੱਲ ਵੱਖਰੀ ਹੈ ਜਿਹੜੀ ਮੈਂ ਹੁਣ ਗੱਲ ਕਰਦਾ ਪਿਆ ਸ਼ਾਹੀਨ ਬਾਗ ਦੀ ਸਾਰੀ ਜਿਹੜੀ ਹੈ ਉਹ ਰਚਨਾ ਉਹ ਇਹਨਾਂ ਦੇ ਦਿਮਾਗ ਦੀ ਉਪਜ ਹੈ ਕੁਛ ਇਹੋ ਜਿਹੇ ਸੋ ਕਾਲਡ ਬੁੱਧੀਜੀਵੀਆਂ ਦੀ ਕੁਛ ਸੋ ਕਾਲਡ ਆਪਣੇ ਜਿਹੜੇ ਤੁਹਾਨੂੰ ਤੇ ਬੈਠੀਆਂ ਔਰਤਾਂ ਜਿਹੜੀਆਂ 2 ਮਹੀਨੇ ਦੇ ਨਜ਼ਰ ਨਹੀਂ ਆ ਰਹੀਆਂ ਵੀ ਉੱਥੇ ਬੈਠੇ ਬੱਚੇ ਬੈਠੇ ਆ ਉਹਨਾਂ ਨੂੰ ਕੀ ਪਤਾ ਉਹਨਾਂ ਨੂੰ ਇਹੋ ਜਿਹੇ ਮੋਹਰਾ ਬਣਾ ਕੇ ਉਹਨਾਂ ਨੂੰ ਵਿਚਾਰੀਆਂ ਕਿਵੇਂ ਹੋ ਗਏ ਅੰਦੋਲਨ ਦੇ ਉਹਦਾ ਮੋਹਰਾ ਬਣਾ ਕੇ ਅੰਦੋਲਨਕਾਰੀ ਕਦੋਂ ਵਿਚਾਰੇ ਹੁੰਦੇ ਆ ਅੰਦੋਲਨਕਾਰੀ ਨੂੰ ਵਿਚਾਰੇ ਦੱਸ ਰਿਹਾ ਤੁਸੀਂ ਨਾਲ ਬਿਠਾਤਾ ਉਹਨਾਂ ਨੂੰ ਇਹਨਾਂ ਦੀ ਭੈੜੀ ਰਾਜਨੀਤੀ ਨੇ ਤਾਂ ਕਿ ਇਹਨੂੰ ਪੋਲਰਾਈਜੇਸ਼ਨ ਇਹਨਾਂ ਨੇ ਕਰਨੀ ਸੀ ਮਾਹੌਲ ਦੇ ਵਿੱਚ ਆਪਣਾ ਦੇਸ਼ ਦਾ ਮਾਹੌਲ ਖਰਾਬ ਕਰਨ ਵਾਸਤੇ ਅੱਛਾ ਉਹਨਾਂ ਨੂੰ ਪ੍ਰੋਫੈਸਰ ਮਨਜੀਤ ਸਿੰਘ ਬਿਠਾ ਕੇ ਆਏ ਆ ਠੰਡ ਦੇ ਵਿੱਚ ਬਿਠਾ ਕੇ ਆਏ ਨੇ ਕੀ ਗੱਲ ਆ ਬਿਠਾ ਕੇ ਆਏ ਨੇ ਅੱਛਾ ਪ੍ਰੋਫੈਸਰ ਮਨਜੀਤ ਸਿੰਘ ਨਾਲ ਉਹਨਾਂ ਦੇ ਬੜੀ ਸਾਹਿਬ ਫਿਰ ਮੈਂ ਨਮਸਤੇ ਕਿਹਾ ਤੁਸੀਂ ਬਹੁਤ ਵੱਡੀ ਹਸਤੀ ਹੋ ਤੁਸੀਂ ਪੂਰੇ ਦੇਸ਼ ਨੂੰ ਸ਼ਹੀਨ ਬਾਗ 'ਚ ਬਿਠਾ ਦਿੱਤਾ ਆ ਦੂਜੀ ਢਿੱਲੋ ਸਾਹਿਬ ਬਹੁਤ ਗੱਲ ਹੋ ਗਈ ਹੈ ਕਿਰਪਾ ਕਰਕੇ ਗੱਲ ਤਾਂ ਮੈਨੂੰ ਪਤਾ ਸੀ ਤੁਸੀਂ ਮੈਨੂੰ ਪੂਰੀ ਨਹੀਂ ਕਰਦੇ ਮੈਂ ਦੁਬਾਰਾ 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 ਤੁਹਾਡੇ ਕੋਲ ਆਉਂਗਾ ਢਿੱਲੋ ਸਾਹਿਬ ਤੇ ਦੂਜਾ ਪ੍ਰੋਫੈਸਰ ਤੁਸੀਂ ਗੱਲ ਕਰੋ ਨਹੀਂ ਗੱਲ ਕਰਦੇ ਨੇ ਸੀਏ ਦਾ ਹਿੰਦੁਸਤਾਨ ਦੇ ਮੁਸਲਮਾਨ ਨਾਲ ਲੈਣ ਦੇਣ ਹੀ ਕੋਈ ਨਹੀਂ ਹੈ ਜਦੋਂ ਹਿੰਦੁਸਤਾਨ ਦੇ ਕਿਸੇ ਨਾਗਰਿਕ ਨਾਲ ਲੈਣ ਦੇਣ ਨਹੀਂ ਹੈ ਵਾਰ-ਵਾਰ ਮਿਹਰਬਾਨੀ ਤੁਹਾਡੀ ਮਿਹਰਬਾਨੀ ਤੁਹਾਨੂੰ ਦੁਬਾਰਾ ਆਏ ਨੇ ਉਹਨਾਂ ਨੂੰ ਉਹਨਾਂ ਨਾਗਰਿਕ ਦੇਣ ਦਾ ਇੱਕ ਕਾਨੂੰਨ ਹੈ ਤੁਸੀਂ ਕਿਉਂ ਉਹਨੂੰ ਵਾਰ-ਵਾਰ ਉਹਦੇ ਢਿੱਲੋ ਸਾਹਿਬ ਤੁਸੀਂ ਖੁੱਲ ਕੇ ਗੱਲ ਕਰ ਲਈ ਤੁਹਾਡੇ ਕੋਲ ਦੁਬਾਰੇ ਆਊਂਗਾ ਜੀ ਪ੍ਰੈਸਵ ਦੀ ਗੱਲ ਸੁਣ ਲਓ ਮੈਂ ਸਿਰਫ ਇੱਕ ਤੇ ਜਿਹੜੀ ਗੱਲ ਕਹਿੰਦੇ ਕੋਈ ਲੈਣਾ ਦੇਣਾ ਨਹੀਂ ਇੱਕ ਤੇ ਇੱਕ ਘਬਰਾਏ ਹੋਏ ਆ ਬਹੁਤ ਹੁਣ ਕਿਉਂ ਘਬਰਾਇਆ ਸੀ ਕੋਈ ਘਬਰਾਇਆ ਨਹੀਂ ਵਿੱਚ ਨਾ ਬੋਲਿਓ ਨਹੀਂ ਕਿਉਂ ਤੁਸੀਂ ਬੋਲੀ ਜਦੋਂ ਉਹਦੇ ਲੈਣਾ ਨਹੀਂ ਬੋਲੋ ਨਾ ਬੋਲ ਕਮਾਂਗੇ ਢਿੱਲੋ ਸਾਹਿਬ ਨਹੀਂ ਤੁਸੀਂ ਸਾਡੇ ਬਾਰੇ ਕਿਹਾ ਸੀ ਤੁਹਾਡੇ ਬਾਰੇ ਕਮਾਂਗੇ ਢਿੱਲੋ ਸਾਹਿਬ ਪਲੀਜ਼ ਅਸੀਂ ਕੋਈ ਘਬਰਾਏ ਨਹੀਂ ਆ ਅਸੀਂ ਕਲੀਅਰ ਆ ਸਾਡੇ ਜਿਹੜੇ ਕੰਮ ਕਰਨੇ ਸੀ ਕਰਤੇ ਅੱਗੇ ਤੁਸੀਂ ਕਹਿ ਦਿਓ ਢਿੱਲੋ ਸਾਹਿਬ ਪਲੀਜ਼ ਕਹਿ ਦਿਓ ਅਸੀਂ ਘਬਰਾਏ ਨਹੀਂ ਆ ਪਰ ਮੈਂ ਇਹ ਕਹੂੰਗਾ ਕਿ ਬਿਲਕੁਲ ਘਬਰਾਏ ਹੋਏ ਆ ਪਾਰਲੀਮੈਂਟ 'ਚ ਜਿਹੜੀ ਸਟੇਟਮੈਂਟ ਦੇਣੀ ਪਈ 4 ਫਰਵਰੀ ਨੂੰ 4 ਫਰਵਰੀ ਤੁਹਾਡੇ ਜਿਹੜਾ ਰਾਜ ਕਿ NRC ਦਾ ਅਜੇ ਕੋਈ ਸਾਡਾ ਨਹੀਂ ਪ੍ਰਧਾਨ ਮੰਤਰੀ ਨੂੰ ਸਟੇਟਮੈਂਟ ਦੇਣੀ ਪਈ ਕਿ ਉਹਦਾ ਤੇ ਅਜੇ ਕੋਈ ਫੈਸਲਾ ਨਹੀਂ ਹੋਇਆ ਪ੍ਰਧਾਨ ਮੰਤਰੀ ਨਾ ਦੇਵੇ ਫਿਰ ਤੁਸੀਂ ਕਿਹੜਾ ਪ੍ਰਧਾਨ ਮੰਤਰੀ ਨਹੀਂ ਬੋਲਦਾ ਨਹੀਂ ਨਹੀਂ ਪ੍ਰਧਾਨ ਮੰਤਰੀ ਸਟੇਟ ਦਾ ਵੀ ਢਿੱਲੋ ਸਾਹਿਬ ਇਹ ਗਲਤ ਨਹੀਂ ਬੋਲ ਰਹੇ ਸੁਣ ਲਓ ਅਸੀਂ ਤਾਂ ਗਲਤ ਨਹੀਂ ਬੋਲ ਰਹੇ ਸੁਣ ਲਓ ਤੁਸੀਂ ਗੱਲ ਤੇ ਸੁਣ ਲਓ ਇਹ ਗਲਤ ਨਹੀਂ ਬੋਲ ਰਹੇ ਵਿੱਚ ਨਾ ਬੋਲਿਓ ਹੁਣ ਇਹ ਗੱਲ ਮਾੜੀ ਹੈਗੀ ਸੁਣ ਲਓ ਲੋਕ ਸੁਣ ਰਹੇ ਆ ਗੱਲਾਂ ਤੁਹਾਡੀਆਂ ਚੰਗੀਆਂ ਸਾਡੀਆਂ ਮਾੜੀਆਂ ਤੁਸੀਂ ਆਪਣੇ ਟਾਈਮ 'ਚ ਸਾਨੂੰ ਗਾਲਾਂ ਕੱਢੋ ਸਾਨੂੰ ਕੋਈ ਦਿੱਕਤ ਨਹੀਂ ਹੈ ਤੁਹਾਨੂੰ ਖੁੱਲ ਕੇ ਟਾਈਮ ਦਿਆਂਗਾ ਤੁਸੀਂ ਬੋਲਣ ਤੋਂ ਇੱਕ ਮਿੰਟ ਹਾਂ ਹੁਣ ਮੈਂ ਇਹ ਗੱਲ ਕਹਿੰਦਾ ਕਿ ਦੇਖੋ ਜਿਹੜੀ ਜਾ ਕੇ ਪੱਛਮੀ ਬੰਗਾਲ ਦੇ ਵਿੱਚ ਅਮਿਤ ਸ਼ਾਹ ਨੇ ਬਿਆਨ ਦਿੱਤਾ ਸੀਗਾ ਕਿ ਅਸੀਂ NRC ਔਰ NPR ਜਿਹੜਾ ਉਹ ਲੈ ਕੇ ਆਵਾਂਗੇ ਤਾਂ ਉਹ NRC ਬਾਅਦ 'ਚ ਆਊਗੀ NPR ਪਹਿਲਾਂ ਆਊਗਾ ਔਰ ਉਹ ਔਨ ਰਿਕਾਰਡ ਆ ਯੂਟਿਊਬ ਦੇ ਉੱਤੇ ਸਾਰੀ ਜਗ੍ਹਾ ਉਹ ਸਟੇਟਮੈਂਟ
ਜਦੋਂ ਵਾਜਪਾਈ ਦੀ ਸਰਕਾਰ ਸੀ ਉਦੋਂ ਇਹਨਾਂ ਨੇ ਅਮੈਂਡਮੈਂਟ ਲੈ ਕੇ ਆਂਦੀ 2010 ਦੇ ਵਿੱਚ ਕਾਂਗਰਸ ਨੇ ਜਿਹੜਾ ਐਨ ਪੀ ਆਰ ਆ ਉਸ ਦੇ ਉੱਤੇ ਡਾਟਾ ਇਕੱਠਾ ਕੀਤਾ ਪਰ ਉਹ ਡਾਟਾ 15 ਪੁਆਇੰਟ ਦੇ ਉੱਤੇ ਸੀਗਾ ਇਹਨਾਂ ਨੇ ਵਧਾ ਕੇ 21 ਪੁਆਇੰਟ ਕਰ ਦਿੱਤੇ ਔਰ ਜਿਹਦੇ ਵਿੱਚ ਤੁਹਾਡੇ ਮਾਂ ਦੇ ਬਾਪ ਦੇ ਕਿਹੜੀ ਡੇਟ ਆਫ ਬਰਥ ਕਿਹੜੀ ਡੇਟ ਆਫ ਪਲੇ ਕਿਹੜੀ ਜਗ੍ਹਾ ਆ ਕਿੱਥੇ ਜੰਮੇ ਕਿੱਥੇ ਉਹ ਸਾਰੇ ਕਾਗਜ਼ ਇੱਕ ਮਿੰਟ ਚੁੱਪ ਜਾ ਰਿਹਾ ਇਸ ਤਰ੍ਹਾਂ ਫਿਰ ਸਾਨੂੰ ਵੀ ਗੁੱਸਾ ਆਉਂਦਾ ਇਸ ਗੱਲ ਦਾ ਤੁਸੀਂ ਬਾਰ ਬਾਰ ਨਾ ਬੋਲੋ ਵਿੱਚ ਬਿਲਕੁਲ ਇਸ ਕਰਕੇ ਉਹ ਸਾਰਾ ਇਹਨਾਂ ਨੇ ਮੰਗਿਆ ਹੁਣ ਕੀ ਕਹਿ ਰਹੇ ਹੁਣ ਕੀ ਕਹਿ ਰਹੇ ਆ ਹੁਣ ਇਹ ਕੀ ਕਹਿ ਰਹੇ ਆ ਕੋਈ ਗੱਲ ਨਹੀਂ ਜੀ ਉਹਦੀ ਤਾਂ ਕੋਈ ਗੱਲੇ ਨਹੀਂ ਹੈ ਤੁਸੀਂ ਕਾਗਜ਼ ਤੇ ਤੁਹਾਡੇ ਕੋਈ ਪੁੱਛਦਾ ਨਹੀਂ ਤੁਹਾਡੇ ਕੋਲ ਆਧਾਰ ਕਾਰਡ ਤੱਕ ਨਹੀਂ ਪੁੱਛਦੇ ਤੁਸੀਂ ਜੋ ਮਰਜ਼ੀ ਬਦਮਾਸ਼ੀ ਇਹਦੇ 'ਚ ਇਹ ਹੈਗੀ ਆ ਬੇਈਮਾਨੀ ਇਹਦੇ 'ਚ ਇਹ ਗੱਲ ਦੀ ਹੈਗੀ ਆ ਕਿ ਇਹ ਜਿਹੜੇ ਬੰਦੇ ਓਰਿਜਿਨਲ ਐਨ ਪੀ ਆਰ ਜਿਹੜਾ ਹੁਣ ਸਰਵੇ ਹੋਣਾ ਸੈਂਸਸ ਤੋਂ ਪਹਿਲਾਂ ਜਿਹੜਾ ਨੈਸ਼ਨਲ ਪਾਪੂਲੇਸ਼ਨ ਰਜਿਸਟਰ ਤਿਆਰ ਹੋਣਾ ਜਿਹੜੇ ਨਹੀਂ ਆਪਣੇ ਓਰਿਜਿਨਲ ਡਾਕੂਮੈਂਟ ਦਿਖਾਉਣਗੇ ਉਹਦੇ 'ਚ ਡੀ ਅੱਗੇ ਲਿਖਿਆ ਜਾਊਗਾ ਇਹਦਾ ਮਤਲਬ ਇਹ ਹੈ ਕਿ ਡਾਊਟਫੁਲ ਉਹ ਬੰਦੇ ਇੱਕ ਵਾਰੀ ਜਦੋਂ ਲਿਸਟ ਬਣ ਗਈ ਜਿਹੜੇ 7 ਪੁਆਇੰਟ ਇਹਨਾਂ ਨੇ ਐਡ ਕੀਤੇ ਆ ਤਾਂ ਫਿਰ ਉਹ ਭੱਜੇ ਫਿਰਨਗੇ ਆਪਣੇ ਕਾਗਜ਼ ਲੈਣ ਲਈ ਕਿਉਂਕਿ ਉਦੋਂ ਬਾਅਦ ਜਿਹੜਾ ਆ ਸਿਟੀਜ਼ਨਸ਼ਿਪ ਰਜਿਸਟਰ ਜਿੱਦਣ ਤਿਆਰ ਹੋਣਾ ਇਹਨਾਂ ਬੰਦਿਆਂ ਨੂੰ ਜਿਵੇਂ ਕਿ 19 ਲੱਖ ਲੋਕ ਆਸਾਮ ਦੇ ਵਿੱਚ ਬਿਲਕੁਲ ਔਰ ਖੁਦ ਸਰਕਾਰ ਵੀ ਫਸੀ ਔਰ ਐਵੇਂ ਨਹੀਂ ਕਿ ਸਾਰੀ ਦੁਨੀਆਂ 'ਚ ਚਿੰਤਾ ਲੱਗ ਗਈ ਹੈ ਕਿ ਇੱਥੇ ਪਤਾ ਨਹੀਂ 10 ਕਰੋੜ ਬੰਦੇ ਜਿਹੜੇ ਆਪਣੇ ਬਿਨਾਂ ਸਿਟੀਜ਼ਨਸ਼ਿਪ ਤੋਂ ਉੱਤੋਂ ਤੁਸੀਂ ਜਿਹੜੇ ਕੈਂਪਾਂ ਦੇ ਵਿੱਚ ਪਾ ਦੇਣੇ ਆ ਜੇ ਡਿਟੈਂਸ਼ਨ ਕੈਂਪਾਂ ਦੇ ਵਿੱਚ ਬੰਦ ਕਰਕੇ ਰੱਖ ਦੇਣੇ ਆ ਜਿਨ੍ਹਾਂ ਨੂੰ ਕੋਈ ਦੇਸ਼ ਨਹੀਂ ਹੋਊਗਾ ਜਿਨ੍ਹਾਂ ਦਾ ਇਹ ਕਿਤੇ ਛੋਟੀ ਗੱਲ ਆ ਇਹੀ ਕਰਕੇ ਈਯੂ 'ਚ ਇਹੋ ਹੀ ਕਰਕੇ ਅਮਰੀਕਾ ਇਹੋ ਕਨੇਡਾ ਨਿਊਜ਼ੀਲੈਂਡ ਸਾਰੀ ਦੁਨੀਆ 'ਚ ਹਾਹਾਕਾਰ ਮੱਚ ਗਈ ਕਿ ਭਾਰਤ ਵਾਲੇ ਕਰ ਕੀ ਰਹੇ ਆ ਇਹ ਇਕੱਲਾ ਸ਼ਹੀਨ ਬਾਗ ਦੀ ਨਹੀਂ ਆ ਗੱਲ ਜਗ੍ਹਾ ਜਗ੍ਹਾ ਸ਼ਹੀਨ ਬਾਗ ਵਾਂਗੂ ਲੋਕੀ ਪ੍ਰੋਟੈਸਟ ਕਰ ਰਹੇ ਆ ਇਸ ਕਰਕੇ ਬਿਲਕੁਲ ਬਿਲਕੁਲ ਅਸੀਂ ਕੋਈ ਡਰਾ ਈਯੂ ਦਾ ਰੈਜੋਲੂਸ਼ਨ ਅਸੀਂ ਪਾਤੇ ਈਯੂ ਦੇ ਰੈਜੋਲੂਸ਼ਨ ਅਸੀਂ ਪਾਤੇ ਜਿਹੜੇ 30 ਸ਼ਹਿਰਾਂ 'ਚ ਅਮਰੀਕਾ ਦੇ ਇੱਕ ਮਿੰਟ ਅਮਰੀਕਾ ਦੇ 30 ਸ਼ਹਿਰਾਂ 'ਚ ਪ੍ਰੋਟੈਸਟ ਹੋਏ ਆ ਉਹ ਅਸੀਂ ਕਰਦੇ ਆ ਇਸ ਤਰ੍ਹਾਂ ਨਹੀਂ ਬਿਲਕੁਲ ਜਿਹੜੀ ਰਹੀ ਗੱਲ ਪਾਕਿਸਤਾਨ ਦੀ ਦੇਖੋ ਉਹ ਸਾਡੇ ਪੰਜਾਬੀ ਭਰਾ ਆ ਕਿਸੇ ਇਤਿਹਾਸਕ ਕਾਰਨਾਂ ਕਰਕੇ ਅਸੀਂ ਅਲੱਗ ਅਲੱਗ ਹੋ ਗਏ ਹਾਂ ਸਾਡੇ ਲਈ ਉਹਨਾਂ ਦਾ ਪਿਆਰ ਆ ਤੇ ਅਸੀਂ ਉਹਨਾਂ ਨੂੰ ਉਹਨਾਂ ਹੀ ਯਾਦ ਕਰਦੇ ਉਹ ਸਾਨੂੰ ਯਾਦ ਕਰਦੇ ਪਾਕਿਸਤਾਨ ਦੁਸ਼ਮਣ ਹੋ ਸਕਦਾ ਸਾਡੇ ਲਈ ਕੋਈ ਵੀ ਦੁਨੀਆ ਦੇ ਵਿੱਚ ਸਾਡਾ ਦੁਸ਼ਮਣ ਨਹੀਂ ਹੈ ਸਾਰੇ ਸਾਡੇ ਭਰਾ ਹੈਗੇ ਅਸੀਂ ਹਿੰਦੂ ਰਾਸ਼ਟਰ ਦੀ ਰਾਜਨੀਤੀ ਨਹੀਂ ਕਰਦੇ ਅਸੀਂ ਇੱਥੇ ਕੋਈ ਧਰਮ ਦਾ ਰਾਜ ਕਾਂਸਟੀਟਿਊਸ਼ਨ ਨੂੰ ਸਿੱਕੇ ਟਾਂਕੇ ਕਾਂਸਟੀਟਿਊਸ਼ਨ ਨੂੰ ਲੀਰੋ ਲੀਰ ਕਰਕੇ ਅਸੀਂ ਕੋਈ ਹਿੰਦੂ ਰਾਸ਼ਟਰ ਭੱਟੀ ਸਾਹਿਬ ਜਿਹੜੀ ਪ੍ਰੈਸ ਸਾਹਿਬ ਗੱਲ ਕਰ ਰਹੇ ਆ ਮੈਂ ਤੁਹਾਡੇ ਕੋਲ ਵਾਰੀ ਤੇ ਆਉਣਾ ਆ ਤੁਹਾਨੂੰ ਖੁੱਲ ਕੇ ਜਵਾਬ ਦੇਣ ਲਈ ਸਮਾਂ ਦਿਆਂਗਾ ਮੇਰਾ ਵੀ ਇਕੱਠਾ ਦੇ ਦਿਓ ਨਾ ਜਵਾਬ ਦੇਖੋ ਹਾਂਜੀ ਹਾਂਜੀ ਇਸ ਤਰ੍ਹਾਂ ਅਗਰ ਜੇ ਇਹ ਕਿਹਾ ਜਾਏ ਹਮ ਕਰੇ ਤੋਂ ਬਦਮਾਸ਼ੀ ਵੋ ਕਰੇ ਤੋਂ ਲੀਲਾ ਤੇ ਇਹ ਬੀਜੇਪੀ ਨੂੰ ਇਸ ਜਿਹੜਾ ਸਿਧਾਂਤ ਹੈ ਨਾ ਇਹਨੂੰ ਤਿਲਾਂਜਲੀ ਦੇਣੀ ਪਏਗੀ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਰਕਰਾਰ ਕਰਨ ਲਈ ਕਰਨਾ ਪਏਗਾ ਹਰ ਸਟੇਟ ਦੇ ਵਿੱਚ ਇਸ ਵੇਲੇ ਨੂੰ ਮੂੰਹ ਦਿਖਾਉਣੀ ਪੈ ਰਹੀ ਹੈ 68% ਪਾਪੂਲੇਸ਼ਨ ਦੇ ਉੱਤੇ ਕਿਤੇ ਇਹਨਾਂ ਦਾ ਰਾਜ ਸੀ 2015-16-17 ਦੇ ਵਿੱਚ ਜੇ ਤੁਸੀਂ ਅੰਕੜੇ ਦੇਖੋ ਇਹਨਾਂ ਦੇ ਰਾਜ ਇੱਦਾਂ ਵੱਧ ਰਹੇ ਸੀਗੇ ਕਿਉਂ ਵੱਧ ਰਹੇ ਸੀਗੇ ਇਹ ਲੋਕਾਂ ਨੂੰ ਪਤਾ ਵੋਟਰਾਂ ਨੂੰ ਪਤਾ ਜਾਂ EVM ਦੀਆਂ ਮਸ਼ੀਨਾਂ ਨੂੰ ਪਤਾ ਅਗਰ ਜੇ ਇਹਨਾਂ ਦਾ ਰਾਜ ਹੁਣ ਘਟਨਾ ਇਸ ਵੇਲੇ ਇਹ ਬੀਜੇਪੀ ਜਿਹੜੀ ਹੈ ਦਿੱਲੀ ਦੀ ਇਲੈਕਸ਼ਨ ਹਾਰ ਚੁੱਕੀ ਹੈ ਇਹਨਾਂ ਦੀ ਬੁਖਲਾਟ ਤੋਂ ਨਜ਼ਰ ਆ ਰਿਹਾ ਹੈ ਔਰ ਢਿੱਲੋਂ ਸਾਹਿਬ ਨੇ ਇਹਦੇ ਸਪਸ਼ਟ ਸੰਕੇਤ ਦੇ ਦਿੱਤੇ ਹਨ ਢਿੱਲੋਂ ਸਾਹਿਬ ਮੈਨੂੰ ਇੱਕ ਗੱਲ ਦਾ ਜਵਾਬ ਦੇਣ ਇਹ ਕਿਹਾ ਗਿਆ ਵੀ ਪੰਜਾਬ ਦੀ ਹੱਦ ਜਿਹੜੀ ਹੈ ਪਾਕਿਸਤਾਨ ਨਾਲ ਲੱਗਦੀ ਸੀ ਰਾਜਸਥਾਨ ਅਤੇ ਗੁਜਰਾਤ ਦੀ ਵੀ ਹੱਦ ਪੰਜਾਬ ਨਾਲ ਲੱਗਦੀ ਹੈ ਉਹਦੀ ਕਿਉਂ ਨਹੀਂ ਪਾਰਟੀਸ਼ਨ ਹੋਈ ਦਿਓ ਜਵਾਬ ਮੈਨੂੰ ਜ਼ਰਾ ਢਿੱਲੋਂ ਸਾਹਿਬ ਜ਼ਰਾ ਤੁਸੀਂ ਇਸ ਗੱਲ ਦਾ ਜਵਾਬ ਦਿਓ ਮੈਨੂੰ ਅਖੰਡ ਭਾਰਤ ਬਣਾਉਣਾ ਚਾਹੁੰਦੇ ਸੀ ਹੁਣ ਹੀ ਰੱਖ ਲੋ ਅਖੰਡ ਭਾਰਤ ਇਹਨੂੰ ਬਣਾਵਾਂਗੇ
ਅਸੀਂ ਤਾਂ ਕਸ਼ਮੀਰ ਵੀ ਲਿਆਵਾਂਗੇ ਵਾਪਸ। ਤੁਸੀਂ ਕੀ ਬਣਾਉਣਾ, ਕੇਰਲਾ ਦੀ ਜਿਹੜੀ ਪਾਪੂਲੇਸ਼ਨ ਹੈ ਉਹ ਇਸ ਵੇਲੇ ਮਾਈਨਸ 'ਚ ਚਲੀ ਗਈ ਹੈ ਹਿੰਦੂ ਦੀ, ਜਵਾਬ ਦਿਓ ਤੁਹਾਡਾ ਹਿੰਦੂ ਰਾਸ਼ਟਰਵਾਦੀ ਜਵਾਬ ਦਿਓ ਤੁਹਾਡੇ, ਕਿਉਂ ਨਹੀਂ ਦਿੰਦੇ ਜਵਾਬ? ਇਹੋ ਤਾਂ ਸਾਜ਼ਿਸ਼ਾਂ ਰਚੀਆਂ ਨੇ, ਇਹੋ ਤੇ ਸਾਜ਼ਿਸ਼ਾਂ ਸਾਰੀ ਦੀ ਸਾਰੀ ਸਾਜ਼ਿਸ਼ਾਂ ਕਿੰਨੇ ਰਚੀਆਂ ਤੁਸੀਂ ਦੱਸੋ ਨਾ, ਮੁਸਲਿਮ ਪਾਪੂਲੈਰਿਟੀ ਵਧਦੀ ਜਾਂਦੀ ਹੈ। ਸਾਹਿਬ ਨੂੰ ਮੈਂ ਢਿੱਲੋ ਸਾਹਿਬ ਤੁਹਾਨੂੰ ਟਾਈਮ ਦਿੰਦਾ ਕਿ ਇਹ ਸੱਚਾਈ ਨਹੀਂ ਹੈ ਕਿ ਦਿੱਲੀ ਦੀਆਂ ਚੋਣਾਂ ਦੇ ਵਿੱਚ ਘਬਰਾਹਟ ਜਿਹੜੀ ਹੈਗੀ ਹੈ ਉਹ ਸਾਹਮਣੇ ਨਜ਼ਰ ਆ ਰਹੀ ਹੈ। ਜਦੋਂ ਤੁਹਾਡੇ ਕੋਈ ਐਮ ਪੀ ਜ਼ਿੰਮੇਵਾਰ ਬੰਦਾ, ਜਦੋਂ ਤੁਹਾਡਾ ਕੈਬਨਿਟ ਦਾ ਇੱਕ ਰਾਜ ਮੰਤਰੀ ਜ਼ਿੰਮੇਵਾਰ ਬੰਦਾ ਆ ਕੇ ਗੋਲੀਆਂ ਦੀਆਂ ਗੱਲਾਂ ਕਰਦਾ ਜਾਂ ਗਾਲੀ ਗਲੋਚ ਤੱਕ ਉਤਰਾਉਂਦਾ, ਇੱਥੋਂ ਤੱਕ ਕਿ ਪ੍ਰਧਾਨ ਕਿਹਦਾ ਜਿਹਦਾ ਤੁਸੀਂ ਗੱਲ ਕਰ ਰਹੇ? ਮੈਂ ਠਾਕਰ ਦੀ ਗੱਲ ਕਰ ਰਿਹਾ। ਕੀ ਕਿਹਾ ਉਹਨੇ? ਕੀ ਉਹਨਾਂ ਨੇ ਕਿਹਾ? ਉਹਨਾਂ ਨੇ ਗੋਲੀ ਮਾਰੋ ਸਾਲੋਂ ਕੋ, ਕਿਨ ਕੋ? ਦੇਸ਼ ਕੇ ਗਦਾਰੋਂ ਕੋ, ਮਤਲਬ ਦੇਸ਼ ਕੇ ਗਦਾਰੋਂ ਹਾਰ ਪਾਈਏ? ਦੇਸ਼ ਦੇ ਗਦਾਰ ਕੌਣ ਹੈਗੇ ਆ? ਹਾਰ ਪਾਈਏ? ਅੱਛਾ, ਦੂਜੀ ਗੱਲ ਸੁਣੋ, ਦੇਸ਼ ਦੇ ਗਦਾਰਾਂ ਨੂੰ ਹਾਰ ਹੋਣੇ ਚਾਹੀਦੇ ਨੇ ਪਬਲਿਕ ਦੇ? ਸੁਣੋ ਤੁਹਾਡਾ ਜਿਹੜਾ ਉੱਥੇ ਜਿਹੜੇ ਪ੍ਰਵੇਸ਼ ਨਾਂ ਦੇ ਵਰਮਾ ਜਿਹੜੇ, ਮੈਨੂੰ ਇੱਕ ਗੱਲ ਦੱਸੋ ਨਾ, ਦੇਸ਼ ਦੇ ਗਦਾਰਾਂ ਨਾਲ ਕੀ ਸਲੂਕ ਕਰਨਾ ਚਾਹੀਦਾ? ਸਵਾਲ ਤਾਂ ਸੁਣ ਲਓ, ਸਵਾਲ ਤਾਂ ਸੁਣ ਲਓ ਗੁਰੂ ਜੀ, ਜੇ ਤੁਸੀਂ ਪ੍ਰਤੀਗਿਆ ਨੂੰ ਸਾਹਿਬ ਸਿੰਘ ਵਰਮਾ ਦੇ ਗਦਾਰਾਂ ਨਾਲ ਕੀ ਸਲੂਕ ਕਰਨਾ ਚਾਹੀਦਾ? ਸਾਹਿਬ ਸਿੰਘ ਵਰਮਾ ਨਹੀਂ, ਤੁਹਾਡੇ ਗਦਾਰ ਨਾਲ ਕੀ ਸਲੂਕ ਕਰਨਾ ਚਾਹੀਦਾ? ਨਹੀਂ ਨਹੀਂ, ਇੱਕ ਮਿੰਟ ਪੱਟੀ ਸਾਹਿਬ, ਜਿਹਨੂੰ ਤੁਸੀਂ ਗਦਾਰ ਕਹੋਗੇ ਦੇਸ਼ ਦਾ, ਉਹ ਗਦਾਰ ਹੋਣਗੇ, ਜਿਹਨੂੰ ਤੁਸੀਂ ਦੇਸ਼ ਦਾ ਜਿਹੜਾ ਰੈਵੋਲੂਸ਼ਨ ਗਦਾਰ ਤੇ ਗਦਾਰ ਹੈ, ਨਹੀਂ ਉਹ ਸਭ ਨੂੰ ਸਾਹਮਣੇ ਨਜ਼ਰ ਆ ਰਿਹਾ ਹੈ, ਤੇ ਸਾਰੇ ਗਦਾਰ ਹੈ ਜਿਹੜਾ ਆਲੋਚਨਾ ਕਰਦਾ ਤੁਹਾਡੀ। ਦੂਜੀ ਗੱਲ, ਇੱਕ ਮਿੰਟ ਪੱਟੀ ਸਾਹਿਬ, ਦੂਜੀ ਪੱਟੀ ਸਾਹਿਬ, ਇੱਕ ਮਿੰਟ ਮੇਰੇ ਸਵਾਲ ਸੁਣ ਲਓ। ਇਹ ਦਿੱਲੀ ਦੀਆਂ ਚੋਣਾਂ ਵਿੱਚ ਕਿਤੇ ਇਹ ਤਾਂ ਨਹੀਂ ਵੀ ਭਾਰਤੀ ਜਨਤਾ ਪਾਰਟੀ ਨੂੰ ਲੱਗ ਰਿਹਾ ਵੀ ਕਿ ਅਸੀਂ ਹਾਰ ਸਕਦੇ ਹਾਂ, ਘਬਰਾਹਟ ਬੋਲ ਰਹੇ ਹੋ? ਕਿਉਂਕਿ ਆਦਿੱਤਿਆਨਾਥ ਯੋਗੀ ਵੀ ਗੋਲੀ ਮਾਰਨ ਦੀਆਂ ਗੱਲਾਂ ਕਹਿ ਰਹੇ ਆ ਆਪਣੇ ਭਾਸ਼ਣਾਂ 'ਚ, ਕਿਉਂ ਨਹੀਂ ਕਹੀ ਜੀ? ਤੁਸੀਂ ਸੁਣ ਲਓ ਨਾ, ਉਹ ਕਹਿੰਦੇ ਵੀ ਜੋ ਜੋ ਸਿੱਧੇ ਨਹੀਂ ਹੋਗੇ ਗੋਲੀ ਸੇ ਕਰੇਂਗੇ, ਗੋਲੀ ਸੇ ਹੋਤੇ ਨਹੀਂ ਹੋਗੇ। ਹਾਂ ਬਿਲਕੁਲ, ਕਿਹਾ ਚਲੋ। ਹਾਂ, ਔਰ ਇਸੇ ਤਰ੍ਹਾਂ ਪ੍ਰਧਾਨ ਮੰਤਰੀ ਖੁਦ ਵੀ ਜਿਹੜੇ ਹੈਗੇ ਆ ਉਹਨਾਂ ਦੀ ਭਾਸ਼ਾ ਵੀ ਕੋਈ ਪ੍ਰਧਾਨ ਮੰਤਰੀ ਸਾਹਿਬ ਵਾਲੀ ਭਾਸ਼ਾ ਨਹੀਂ ਸੀ ਜੋ ਉਹਨਾਂ ਦੇ ਭਾਸ਼ਣ ਦਿੱਲੀ ਦੇ ਵਿੱਚ ਹੈਗੀ ਸੀ। ਤੁਸੀਂ ਸੁਣ ਕੇ ਦੇਖ ਲਓ, ਤੁਸੀਂ ਅੱਜ ਆਪੋਜੀਸ਼ਨ ਦੀ ਸੁਣੀ, ਤੁਸੀਂ ਅੱਜ ਭਾਸ਼ਾ ਰਾਹੁਲ ਗਾਂਧੀ ਦੀ ਸੁਣੀ। ਮੈਂ ਕਹਿੰਦਾ ਜੀ ਰਾਹੁਲ ਗਾਂਧੀ ਬੋਲ ਰਿਹਾ, ਰਾਹੁਲ ਗਾਂਧੀ ਵੀ ਗਲਤ ਆ। ਇਹਨਾਂ ਲੋਕਾਂ ਨੇ ਸੰਜੇ ਸਿੰਘ ਹੋਣਾ ਨੇ ਕੀ ਕੁਛ ਬੋਲਿਆ ਪ੍ਰਧਾਨ ਮੰਤਰੀ ਦੇ ਬਾਰੇ, ਕਿੰਨੀ ਭੱਦਰ ਲੈਂਗ ਮਤਲਬ ਅਭੱਦਰ ਲੈਂਗੁਏਜ ਯੂਜ਼ ਕੀਤੀ ਆ, ਔਰ ਕਿੰਨੀ ਲੋ ਗ੍ਰੇਡ ਲੈਂਗੁਏਜ ਪੱਟੀ ਸਾਹਿਬ, ਕਿਸੇ ਨੇ ਉਹਦੇ ਤੇ ਆਵਾਜ਼ ਚੱਕੀ ਨਹੀਂ ਚੁੱਕੀ? ਅੱਜ ਇਹ ਗੱਲ ਕਰਦੇ ਨੇ ਦਿੱਲੀ ਦੇ ਵਿੱਚ ਕੀ ਹੋ ਰਿਹਾ, ਔਰ ਦੂਜਾ ਉਸ ਤੋਂ ਪਹਿਲਾਂ ਇਹਨਾਂ ਨੇ ਪੱਟੀ ਸਾਹਿਬ ਨੇ ਬੜਾ ਇੱਕ ਹੋਰ ਹੀ, ਫਿਰ ਤੁਹਾਡੇ ਨਾਲ ਹਮਦਰਦੀ ਕਿਉਂ ਨਹੀਂ ਲੋਕਾਂ ਦੀ? ਇਹ ਵੀ ਤਾਂ ਤੁਸੀਂ ਸਾਡੇ ਨਾਲ ਹਮਦਰਦੀ ਕਿਉਂ ਨਹੀਂ ਲੋਕਾਂ ਦੀ? ਹਮਦਰਦੀ ਬਿਲਕੁਲ ਹੈ, ਪ੍ਰਧਾਨ ਮੰਤਰੀ ਅੱਜ ਦੇਸ਼ ਨੂੰ ਇਹੋ ਜਿਹਾ ਮਿਲਿਆ ਜਿਹੜਾ ਕੰਮ ਕਰਨ ਦਾ ਫੈਸਲਾ ਕਰਦਾ ਤੋਂ ਪੌਣੇ 2 ਲੱਖ ਕਰੋੜ ਰੁਪਏ ਲੱਗਣੀ ਹੈ ਦੁਨੀਆ ਚੂਸ ਲਿਆ ਲੋਕਾਂ ਦਾ। ਜਿਹੜਾ ਤੁਸੀਂ ਗੱਲ ਕਰ ਰਹੇ ਹੋ ਨਾ, ਸਾਡੀਆਂ ਸਟੇਟਾਂ ਘਟ ਗਈਆਂ, ਸਾਡੀਆਂ ਸਟੇਟਾਂ ਘਟ ਗਈਆਂ, ਮਹਾਰਾਸ਼ਟਰ ਦੇ ਵਿੱਚ ਅਸੀਂ ਜਿੱਤੇ ਹੋਏ ਸੀਗੇ, ਇੱਕ ਤੁਹਾਡੇ ਆਪੋਜੀਸ਼ਨ ਨੇ ਇੱਕ ਖਿਚੜੀ ਪਕਾ ਕੇ ਉਹ ਕਹਿੰਦਾ ਵੀ ਕਲਾਸ ਦੇ ਵਿੱਚ ਬੱਚਾ ਕਿਹੜਾ ਫਸਟ ਆਇਆ ਜੀ, ਇਹਦੇ 99% ਆ ਜੀ ਇਹ ਫਸਟ ਆਇਆ, ਤਿੰਨ ਬੱਚੇ ਇਕੱਠੇ ਹੋ ਜਾਂਦੇ ਕਹਿੰਦੇ ਇਹਦੇ 30% ਆ, ਇਹਦੇ 25% ਆ, ਇਹਦੇ 45% ਆ, ਤੁਹਾਡੇ ਖਿਚੜੀ ਕੇ ਕਹਿੰਦੇ ਨੇ ਜੀ ਨਹੀਂ ਜੀ ਇਹ ਤਾਂ ਤੁਹਾਨੂੰ ਪਰ ਸਾਡੇ ਵੱਧ ਨੇ, ਮੇਰੇ 99% ਬਣ ਗਏ ਮਹਾਰਾਸ਼ਟਰ, ਤੁਹਾਡੇ ਖਿਚੜੀ ਕੱਚੀ ਫਸਟ ਆਏ ਆ ਤੁਹਾਡੀ ਖਿਚੜੀ ਕੀ ਮਹਾਰਾਸ਼ਟਰ ਦੇ ਅੰਦਰ ਕਿਉਂ ਕੱਚੀ ਰਹਿ ਗਈ? ਗੱਲ ਨਹੀਂ ਕਰਨ ਦੇਣੀ ਸਾਹਿਬ, ਕੀਤਾ ਇਸ ਬੋਲਣ ਦਾ ਪੱਟ ਸਾਹਿਬ ਬੋਲੋ, ਨਹੀਂ ਹੁਣ ਤੁਸੀਂ ਗੱਲ ਕਰਨੀ ਦੇਣੀ ਪੱਟ ਸਾਹਿਬ ਬੋਲੋ ਨਾ, ਜਦੋਂ ਮੈਂ ਬੋਲਣ ਲੱਗਦਾ ਉਦੋਂ ਤੁਸੀਂ ਵਿੱਚ ਮੈਂ ਚੁੱਪ ਕਰਾ ਰਿਹਾ ਹਾਂ, ਇੰਟਰਪਟ ਕਰਦੇ ਹੋ, ਤੁਹਾਡੀ ਗੱਲ ਦੇ ਵਿੱਚ ਮੈਂ ਇੱਕ ਅੱਖਰ ਵੀ ਜੋੜ ਦਿੰਦੇ ਤਾਂ ਨੋ ਦੀ ਬੋਲੋ ਬੋਲੋ, ਮੈਂ ਚੁੱਪ ਕਰਾ ਰਿਹਾ ਨਾ, ਇਸ ਕਰਕੇ ਜਿੱਤੇ ਹੋਏ ਸਾਰੇ ਜਿਹੜੇ ਸਾਡੇ ਸੀਗੇ ਉਹਦੇ ਤੋਂ ਬਾਅਦ ਤੁਸੀਂ ਆ ਜਿਹੜੀਆਂ ਘਨੌਣੀਆਂ ਸਾਜ਼ਿਸ਼ਾਂ ਰਚ ਰਚ ਕੇ ਜਿਹੜਾ ਲੋਕਾਂ ਨੂੰ ਭੜਕਾ ਕੇ ਲੋਕਾਂ ਦੇ ਦਿਮਾਗ ਦੇ ਵਿੱਚ ਗਲਤ ਫਹਿਮੀਆਂ ਭਰਨ ਦੀ ਕੋਸ਼ਿਸ਼ ਕਰਦੇ ਹੋ, ਡਰਾਉਣ ਦੀ ਕੋਸ਼ਿਸ਼ ਕਰਦੇ ਹੋ, ਪ੍ਰੋਫੈਸਰ ਸਾਹਿਬ ਬਹੁਤ ਬੁਰੀ ਤਰ੍ਹਾਂ ਡਰਾ ਰਹੇ ਨੇ ਲੋਕਾਂ ਨੂੰ, ਮਨੋਰਟੀ ਹਾਏ ਮਨੋਰਟੀ ਪਤਾ ਨਹੀਂ ਕੀ ਹੋ ਜਾਣਾ ਕੀ ਹੋ ਜਾਣਾ, ਲੋਕ ਗੋਲੀ ਨਾਲ ਨਹੀਂ ਡਰਦੇ, ਗੱਲਾਂ ਨਾਲ ਡਰਦੇ। ਅੱਜ ਪ੍ਰਧਾਨ ਮੰਤਰੀ ਦਾ ਕੱਲ ਦਾ ਬਿਆਨ ਸੀਗਾ ਰਾਜ ਸਭਾ ਲੋਕ ਸਭਾ ਦੇ ਵਿੱਚ, ਉਹਨਾਂ ਨੇ ਕਿਹਾ ਹਿੰਦੂ ਸਿੱਖ ਮੁਸਲਿਮ ਈਸਾਈ ਸਾਰੇ ਜਿਹੜੇ ਨੇ ਬਰਾਬਰ ਦੇ ਹੱਕਦਾਰ ਨੇ, ਬਰਾਬਰ ਦਾ ਸਾਰਿਆਂ ਨੂੰ ਅਧਿਕਾਰ ਹੈ, ਅਸੀਂ ਸਾਰੀਆਂ ਜਿੰਨੀਆਂ ਯੋਜਨਾਵਾਂ ਲਿਆਂਦੀਆਂ ਕਿਸੇ ਨਾਲ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਕੀਤੀ, ਜੇ ਘਰ ਬਣਾਉਣ ਦੀ ਗੱਲ ਕੀਤੀ ਤਾਂ ਸਾਰਿਆਂ ਦਾ ਬਣਾਇਆ, ਜੇ ਸਿਲੰਡਰ ਦੇਣ ਦੀ ਗੱਲ ਕੀਤੀ ਤਾਂ ਫਿਰ ਪੱਟੀ ਸਾਹਿਬ ਚੁੱਪ ਕਰ ਜਾਓ, ਪੱਟੀ ਸਾਹਿਬ ਤੁਹਾਡੇ ਪੱਟੀ ਸਾਹਿਬ ਸੁਣ ਲਓ ਹੁਣ, ਸੁਣ ਲਓ, ਜੇ ਉਹਨਾਂ ਨੇ ਸਿਲੰਡਰ ਵੰਡਣ ਦੀ ਗੱਲ ਕੀਤੀ ਤੇ ਸਾਰਿਆਂ ਨੂੰ ਕਿਸੇ ਦਾ ਧਰਮ ਨਹੀਂ ਪੁੱਛਿਆ, ਜੇ ਲਾਈਟ ਦੀ ਗੱਲ ਕੀਤੀ ਬਿਜਲੀ ਪਹੁੰਚਾਉਣ ਦੀ ਗੱਲ ਕੀਤੀ ਕਿਸੇ ਦਾ ਧਰਮ ਨਹੀਂ ਪੁੱਛਿਆ, ਘਰ ਬਣਾਉਣ ਦੀ ਗੱਲ ਕੀਤੀ ਕਿਸੇ ਦਾ ਧਰਮ ਨਹੀਂ ਪੁੱਛਿਆ, ਕਿਸੇ ਨੂੰ ਪੜ੍ਹਾਈ ਦੀ ਗੱਲ ਕੀਤੀ ਕਿਸੇ ਦਾ ਧਰਮ ਨਹੀਂ ਪੁੱਛਿਆ, ਘਰੋਂ ਥੋੜੋ ਦੇ ਰਿਹਾ ਸਾਰਾ ਕੁਝ ਇਹ, ਅੱਜ ਹਿੰਦੂ ਦੀਆਂ ਉਨੀਆਂ ਸਿੱਖ ਦੀਆਂ ਉਨੀਆਂ ਮੁਸਲਮਾਨ ਦੀਆਂ ਉਨੀਆਂ ਈਸਾਈ ਦੀਆਂ ਉਨੀਆਂ ਬੁੱਧ ਦੀਆਂ ਪਾਰਸੀ ਦੀਆਂ ਹਰ ਇੱਕ ਨੂੰ ਬਰਾਬਰ ਫੈਸਿਲਿਟੀ, ਅਸੀਂ ਕਿਤੇ ਡਿਸਕ੍ਰਿਮੀਨੇਸ਼ਨ ਕੀਤੀ ਉਹ ਨਹੀਂ, ਕੀਤੀ ਨਹੀਂ, ਇਹਨਾਂ ਨੇ ਐਵੇਂ ਡਰਾ ਡਰਾ ਕੇ ਲੋਕਾਂ ਨੂੰ ਕਿ ਤੁਹਾਡੇ ਨਾਲ ਆਹ ਹੋ ਜਾਣਾ, ਤੁਹਾਡੇ ਨਾਲ ਆਹ ਹੋ ਜਾਣਾ, ਉਹਨਾਂ ਨੂੰ ਗੁੰਮਰਾਹ ਕਰਕੇ ਸੜਕਾਂ ਤੇ ਲਿਆਉਣ ਦਾ ਕੰਮ ਇਹ ਸੋ ਕਾਲਡ ਬੁੱਧੀਜੀਵੀ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਉਹਨਾਂ ਨੇ ਕੀਤਾ, ਔਰ ਮੈਨੂੰ ਸਖ਼ਤ ਇਤਰਾਜ਼ ਇਹਨਾਂ ਦੇ
ਦੁਨੀਆ ਦੇ ਵਿੱਚ ਜਿਹੜਾ ਉਹਦਾ ਨਾਮ ਹੋ ਰਿਹਾ ਪੂਰੀ ਦੁਨੀਆ ਦੇ ਵਿੱਚ ਪਤਾ ਲੱਗ ਰਿਹਾ ਕਿ ਇੱਕ ਪਾਵਰ ਨਿਕਲ ਕੇ ਉੱਠ ਕੇ ਆ ਰਹੀ ਹੈ ਹਿੰਦੁਸਤਾਨ ਨਾਮ ਦੀ, ਜਿਹੜੀ ਹਰ ਫੀਲਡ ਦੇ ਅੰਦਰ ਹਰ ਫੀਲਡ ਦੇ ਅੰਦਰ ਆਪਣਾ ਜਿਹੜਾ ਸਿੱਕਾ ਉਹ ਜਮਾਉਂਦੀ ਪਈ ਹੈ, ਚਾਹੇ ਡਿਫੈਂਸ ਹੋਵੇ, ਚਾਹੇ ਉਹ ਇੰਡੀਆ ਔਰ ਪਲਾਟ ਹੋਵੇ, ਚਾਹੇ ਉਹ ਕਿਤੇ ਹੋਵੇ ਅੰਤਰਿਕਸ਼ ਦੇ ਵਿੱਚ ਹੋਵੇ, ਅਜਿਹੇ ਉਹੋ ਜਿਹੀ ਤਰੱਕੀ ਅਸੀਂ ਕਰ ਰਹੇ ਹਾਂ, ਇੱਕ ਵਿਸ਼ਵ ਗੁਰੂ ਵਾਲੇ ਪਾਸੇ ਵੱਧ ਰਹੇ ਹਾਂ, ਇਹ ਕੁਝ ਲੋਕ ਆ ਕੇ ਬਦਨਾਮ ਕਰਕੇ ਦੇਸ਼ ਨੂੰ ਚਲੋ ਠੀਕ ਹੈ ਬ੍ਰੇਕ ਦਾ ਸਮਾਂ ਆ, ਬ੍ਰੇਕ ਤੋਂ ਬਾਅਦ ਮੈਂ ਆਉਣਾ ਪ੍ਰੈਸ ਸਾਹਿਬ ਤੁਹਾਡੇ ਕੋਲ, ਬ੍ਰੇਕ ਦਾ ਸਮਾਂ ਜੀ, ਮੈਂ ਤੁਹਾਨੂੰ ਬਹੁਤ ਟਾਈਮ ਦਿੱਤਾ ਖੁੱਲ੍ਹ ਕੇ ਔਰ ਤੁਹਾਨੂੰ ਮੈਂ ਤਾਂ ਨਹੀਂ ਘੱਟੋ ਘੱਟ ਬੋਲਿਆ ਵਿੱਚ ਜਿਵੇਂ ਤੁਸੀਂ ਬੋਲੇ ਇਹਨਾਂ ਨੇ ਵੀ ਇੰਟਰਫੇਅਰ ਕੀਤੀ ਆ, ਤੁਸੀਂ ਆਪਣੀ ਗੱਲ ਰੱਖ ਲਈ ਹੈ, ਬ੍ਰੇਕ ਤੋਂ ਬਾਅਦ ਅਸੀਂ ਆਵਾਂਗੇ ਅਤੇ ਬ੍ਰੇਕ ਤੋਂ ਬਾਅਦ ਆ ਕੇ ਅਸੀਂ ਪ੍ਰੈਸ ਸਾਹਿਬ ਦੀ ਗੱਲ ਸੁਣਾਂਗੇ, ਕਿਉਂਕਿ ਇਹਨਾਂ ਦੇ ਉੱਤੇ ਇਲਜ਼ਾਮ ਬਹੁਤ ਲੱਗ ਰਹੇ ਆ ਵੀ ਇਹ ਇਕੱਲੇ ਹੀ ਬੰਦੇ ਜਿਹੜੇ ਦੇਸ਼ ਨੂੰ ਤੋੜ ਰਹੇ ਆ ਭੜਕਾ ਰਹੇ ਆ, ਅਤੇ ਇਹ ਇਹ ਮਤਲਬ ਇੱਕ ਜਿਹੜਾ ਇਲਜ਼ਾਮ ਆ ਵੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਸਾਡੇ ਸ਼ਹਿਰ 'ਚ ਬੈਠਾ ਐਡੀ ਮਹਾਨ ਹਸਤੀ ਆ ਵੀ ਪੂਰੇ ਦੇਸ਼ ਨੂੰ ਆਪਣੇ ਪਿੱਛੇ ਲਾ ਸਕਦੇ ਆ, ਅਤੇ ਮੈਂ ਤਾਂ ਅੱਜ ਮੈਨੂੰ ਦੱਸਿਆ ਇਹਨਾਂ ਨੇ ਗੁਰਪ੍ਰੀਤ ਹੋਣਾ ਨੇ, ਅਤੇ ਮੈਨੂੰ ਵੀ ਪਤਾ ਲੱਗ ਗਿਆ ਪ੍ਰੈਸਾ ਤੁਹਾਡਾ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਢਿੱਲੋਂ ਸਾਹਿਬ। ਸੋ ਬ੍ਰੇਕ ਤੋਂ ਬਾਅਦ ਆ ਕੇ ਅਸੀਂ ਪ੍ਰੈਸ ਸਾਹਿਬ ਕੋਲ ਆਵਾਂਗੇ ਔਰ ਜਾਣਾਂਗੇ ਕਿ ਇਹ ਗੱਲਾਂ ਕਿੱਥੇ ਤੱਕ ਸੱਚੀਆਂ, ਤੁਹਾਡੇ ਇਲਜ਼ਾਮ ਜਿਹੜੇ ਹੈਗੇ ਆ ਇਹ ਕਿਉਂ ਲੱਗ ਰਹੇ ਆ, ਬਣੇ ਰਹੋ, ਛੋਟੀ ਜਿਹੀ ਬ੍ਰੇਕ ਆ। ਬ੍ਰੇਕ ਤੋਂ ਬਾਅਦ ਤੁਹਾਡਾ ਮੁੜ ਸਵਾਗਤ ਹੈ ਜੀ ਪ੍ਰੋਗਰਾਮ ਚਲੰਤ ਮਸਲੇ 'ਚ। ਪ੍ਰੈਸ ਸਾਹਿਬ, ਬ੍ਰੇਕ 'ਤੇ ਜਾਣ ਤੋਂ ਪਹਿਲਾਂ ਤੁਸੀਂ ਬਹੁਤ ਸਾਰੇ ਇਲਜ਼ਾਮ ਸੁਣ ਲਏ ਸੀ ਵੀ ਜਿਹੜਾ ਸਾਰਾ ਕੁਛ ਸ਼ਹੀਨ ਬਾਗ 'ਚ ਜਿਹੜੇ ਬੈਠੇ ਉਹ ਵੀ ਤੁਸੀਂ ਬਿਠਾਏ ਆ, ਦੇਸ਼ ਨੂੰ ਤੋੜ ਰਹੇ ਹੋ, ਭੜਕਾ ਰਹੇ ਹੋ ਲੋਕਾਂ ਨੂੰ, ਤੁਹਾਡੇ 'ਤੇ ਇਹਨੇ ਇਲਜ਼ਾਮ ਕਿਉਂ ਹੈ? ਨਹੀਂ ਦੇਖੋ, ਇਹ ਗੱਲ ਕਹਿ ਰਹੇ ਹਾਂ ਨਾ ਜਿਹੜੀ ਕਿ ਨਹੀਂ ਅਸੀਂ ਭੜਕਾ ਰਹੇ ਹਾਂ ਨਾ, ਮੈਂ ਦੋ ਚੀਜ਼ਾਂ ਅਟੈਕ ਦੇ ਥੱਲੇ ਆਈਆਂ ਪਿੱਛੇ। ਇੱਕ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਜਿੱਥੇ ਇਹਨਾਂ ਨੂੰ ਲੱਗਦਾ ਕਿ ਲੈਫਟ ਉੱਥੇ ਬੜੇ ਤਕੜੇ ਸਟਰੋਂਗ ਹੋਲਡ ਆ, ਕਦੀ ਉੱਥੇ ਟੈਂਕ ਗੇਟ 'ਤੇ ਰੱਖਣ ਦੀ ਕੋਸ਼ਿਸ਼ ਕਰਦੇ ਆ, ਇਹੋ ਜਿਹੀਆਂ ਗੱਲਾਂ ਚੱਲਦੀਆਂ, ਕਦੀ ਉੱਥੇ ਵਜ਼ੀਫੇ, ਕਦੀ ਤੁਸੀਂ ਬੱਚੇ ਘੱਟ ਭਰਤੀ ਕਰੋ, ਇਹ ਵੀ ਗੱਲ ਚੱਲੀ ਕਿ ਤੁਸੀਂ ਕੋਈ ਟੀਚਰ ਜਿਹੜਾ ਇਹ ਤਾਂ ਦੋਸ਼ ਲੱਗਦੇ ਦੇਖੇ ਕਿ ਟੀਚਰ ਪੜ੍ਹਾਉਂਦੇ ਨਹੀਂ, ਉੱਥੇ ਉਹਨਾਂ ਨੂੰ ਕਿਹਾ ਕਿ ਤੁਸੀਂ 10 ਤੋਂ ਵੱਧ ਜਿਹੜੇ ਸਟੂਡੈਂਟ ਆ PhD ਦੇ ਨਹੀਂ ਲੈ ਸਕਦੇ, ਤਾਂ ਇਸ ਕਿਸਮ ਦੀਆਂ ਗੱਲਾਂ ਉੱਥੇ ਸਾਰੀਆਂ ਚੱਲੀਆਂ ਤਾਂ ਕਿ ਘੱਟ ਤੋਂ ਘੱਟ ਬੱਚੇ ਹੋਣ ਅਤੇ ਘੱਟ ਤੋਂ ਘੱਟ ਉਸ ਜਿਹੜੇ ਮਾਹੌਲ ਦੇ ਵਿੱਚ ਉਹ ਬੱਚੇ ਆ ਸਕਣ, ਬਿਲਕੁਲ ਸਿਆਣੀ ਗੱਲ, ਉਸ ਨੂੰ ਹਾਂ ਉਸ ਨੂੰ ਕੱਟਣ ਲਈ 40-50 ਬੰਦੇ ਜਿਨ੍ਹਾਂ ਦੀਆਂ ਸਾਰੀਆਂ ਵੀਡੀਓ ਜਾਰੀ ਹੋ ਗਈਆਂ, ਫੋਟੋਆਂ, ਇੱਕ ਬੰਦੇ 'ਤੇ ਕੋਈ ਵੀ ਕੇਸ ਨਹੀਂ ਬਣਿਆ, ਇੱਕ ਵੀ ਬੰਦਾ ਫੜਿਆ ਨਹੀਂ ਗਿਆ, ਕੌਣ ਬੰਦੇ ਸੀਗੇ ਉਹ ਜਿਹੜੇ? ਉਸ ਤੋਂ ਪਹਿਲਾਂ ਜਿਹੜਾ ਹੋਮ ਮਿਨਿਸਟਰ ਦਾ ਬਿਆਨ ਆਉਂਦਾ ਕਿ ਇਸ ਤਰ੍ਹਾਂ ਕੀਤਾ ਜਾਵੇ, ਇਸ ਤਰ੍ਹਾਂ ਅਸੀਂ ਜਵਾਬ ਦੇਵਾਂਗੇ, ਉਹ ਸਾਰਾ ਅਗਲੇ ਦਿਨ ਇਹ ਅਟੈਕ ਹੁੰਦਾ। ਲੋਕ ਸੋਚਦੇ ਆ, ਲੋਕ ਸਮਝਦੇ ਆ, ਕਿਉਂ ਨਹੀਂ ਇੱਕ ਵੀ ਬੰਦਾ ਫੜਿਆ ਜਾਂਦਾ ਜਿਨ੍ਹਾਂ ਦੀਆਂ ਫੋਟੋਆਂ ਵੀ ਹੈਗੀਆਂ ਇਹਨਾਂ ਦੇ ਕੋਲ? ਦੂਜੀ ਗੱਲ ਰਹੀ ਮੁਸਲਿਮ ਘੱਟ ਗਿਣਤੀ ਦੀ ਜਿਹੜੀ ਗੱਲ ਹੈਗੀ ਆ, ਇਹਦੇ 'ਚ ਤਾਂ ਕਿਹੜੀ ਗੱਲ ਆ, ਕੌਣ ਨਹੀਂ ਜਾਣਦਾ ਕਿ ਇਸ ਕਿਸਮ ਦਾ ਜਿਹੜਾ NCR ਜਿਹੜਾ ਇਹਨਾਂ ਨੇ ਵਿੱਚੋਂ ਮੈਨੂੰ ਵਾਰ ਵਾਰ ਟੋਕ ਦਿੱਤਾ, ਉਹਦੇ 'ਚ ਸਿਰਫ ਅਤੇ ਸਿਰਫ ਜਦੋਂ CAA ਨੂੰ ਅਲੱਗ ਕਰਕੇ ਨਾ ਦੇਖੋ, ਦੂਜੀਆਂ ਦੋਵਾਂ ਚੀਜ਼ਾਂ ਦੇ ਨਾਲ ਜੋੜ ਕੇ ਦੇਖੋਗੇ ਤਾਂ ਕਿਵੇਂ ਜੋੜੋਗੇ ਤੁਸੀਂ ਜਿਹੜੀਆਂ NRC ਅਤੇ ਐਨ ਮੈਨੂੰ ਸਾਬਤ ਕਰ ਦਿਓ, ਅੱਜ ਵੀ CAA ਨੂੰ ਤੁਸੀਂ ਹਰ ਵਾਰੀ ਕਹਿੰਦੇ ਹੋਏ ਗੱਲ ਨਹੀਂ ਹੁਣ ਤੁਹਾਡੇ ਸਾਬਤ ਕਰ ਦਿਓ CAA ਦਾ ਸਬੰਧ ਢਿੱਲੋਂ ਸਾਹਿਬ, ਢਿੱਲੋਂ ਸਾਹਿਬ ਵਿੱਚ ਨਹੀਂ ਤੁਸੀਂ ਸਬੰਧ ਸਾਬਤ ਕਰੋ, ਮੈਂ ਦੱਸ ਰਿਹਾ, ਮੈਂ ਦੱਸ ਰਿਹਾ, ਹਾਂ ਕਰ, ਜਿਹੜੇ ਗਰੀਬ ਬੰਦੇ ਜਿਹੜੇ ਨਹੀਂ ਹਿਸਾਬ ਕਰ ਰਹੇ, ਇਕੱਲਾ ਮੁਸਲਮਾਨ ਨਹੀਂ ਹੈਗਾ, ਉਹ 'ਚ ਤਾਂ ਬਹੁਤ ਬੰਦੇ ਟੰਗੇ ਜਾਣਗੇ, ਜਿਵੇਂ ਅਸਾਮ ਦੇ ਵਿੱਚ ਹਿੰਦੂ ਮੈਜੋਰਿਟੀ ਜਿਹੜਾ, ਇੱਕ ਮਿੰਟ ਪ੍ਰੋਫੈਸਰ ਸਾਹਿਬ ਤੁਸੀਂ ਲੈ ਲਿਓ ਜੀ ਗੱਲ ਤੁਹਾਡੀ, ਮੈਂ ਬੜੀ ਪੋਜ਼ਿਟਿਵ ਲਊਂਗਾ। ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਜਿਹੜੇ ਅੱਜ ਪੀਲੇ ਕਾਰਡ ਧਾਰਕ ਨੇ ਜਾਂ ਜਿਨ੍ਹਾਂ ਨੂੰ ਰਾਸ਼ਨ ਮਿਲਦਾ ਹੈ ਫ੍ਰੀ, ਉਹਨਾਂ ਕੋਲ ਕਾਗਜ਼ ਨਹੀਂ ਹੈਗੇ? ਕੀ ਉਹ ਕਾਗਜ਼ ਆਪਣੇ ਉੱਤੇ ਆਪਣਾ ਰਾਸ਼ਨ ਨਹੀਂ ਲੈਂਦੇ? ਕੀ ਉਹ ਸਰਕਾਰ ਦੀਆਂ ਉਹ ਕਾਗਜ਼ ਨਹੀਂ ਮੰਗ ਰਹੇ? ਤੁਸੀਂ ਉਹ ਕਾਗਜ਼ ਸਬਸਿਡੀਆਂ ਨਹੀਂ ਲੈਂਦੇ? ਜੇ ਉਹ ਹੈਗਾ ਤਾਂ ਫਿਰ ਕਰਦੇ ਕਿਉਂ? ਜੇ ਉਹ ਸਬਸਿਡੀਆਂ ਲੈਂਦੇ ਜੀ ਲੋੜ ਜਦੋਂ ਸਾਰਿਆਂ ਕੋਲ ਕਿਹੜੀ ਜਗ੍ਹਾ ਤੇ ਜੰਮਿਆ ਸੀ ਉਹਦਾ ਪ੍ਰੂਫ ਲੈ ਕੇ ਆਓ। ਸਬਸਿਡੀ ਲੈ ਰਿਹਾ NPR, ਮੈਨੂੰ ਇੱਕ ਕਿਸੇ ਕਾਗਜ਼ ਤੇ ਤਾਂ ਲੈ ਰਿਹਾ NPR ਚ, ਤੁਸੀਂ ਇਹ ਕਿਉਂ ਤਰਤਰਾਵਾ ਪਾਈਆਂ? ਸਬਸਿਡੀ ਕਾਗਜ਼ ਤੇ ਲੈ ਰਿਹਾ ਤੁਸੀਂ, ਇਹ ਦੱਸ ਦਿਓ ਮੈਨੂੰ, ਉਹ ਇਹਦਾ ਜਵਾਬ ਦੇ ਦਿਓ। ਇੱਕ ਮਿੰਟ, ਤੁਸੀਂ NPR ਹੁਣ ਚੱਲ ਰਿਹਾ ਤੁਹਾਡੇ ਕਈ ਸੂਬਿਆਂ ਚ ਸ਼ੁਰੂ ਹੋ ਗਿਆ, ਨੈਸ਼ਨਲ ਓਪੋਜੀਸ਼ਨ ਰਜਿਸਟਰ, ਬਿਲਕੁਲ ਬਿਲਕੁਲ ਬਿਲਕੁਲ, ਕਿਉਂ ਨਹੀਂ ਹੋਣਾ ਚਾਹੀਦਾ? ਨਹੀਂ ਹੋਵੇ, ਕਿਉਂ ਨਹੀਂ ਹੋਵੇ? ਤੁਸੀਂ ਉਹ 7 ਪੁਆਇੰਟ ਜਿਹੜੇ ਤੁਸੀਂ ਆਪ ਐਡ ਕੀਤੇ ਆ, ਸੁਣੋ ਗੱਲ, ਤੁਹਾਡੇ ਵੱਲੋਂ ਸਪਸ਼ਟੀਕਰਨ ਦਿੱਤਾ ਗਿਆ ਲੋਕ ਸਭਾ ਦੇ ਵਿੱਚ ਕਿ ਅਸੀਂ ਪੂਰੇ ਦੇਸ਼ ਦੇ ਵਿੱਚ ਲਾਗੂ ਨਹੀਂ ਕਰ ਰਹੇ, ਇਹਦਾ ਮਤਲਬ ਇਹ ਕਿ ਸਰਕਾਰ ਨੂੰ ਖੁਦ ਵੀ ਹਾਲੇ ਤੱਕ ਕਲੈਰਿਟੀ ਨਹੀਂ। ਉਹ NRC ਦੀ ਗੱਲ ਕਰਦੇ ਆ, NPR ਪੂਰੇ ਦੇਸ਼ ਚ, NPR ਪੂਰੇ ਦੇਸ਼ ਚ ਲਾਗੂ ਆ, ਕਿਉਂਕਿ ਉਹ ਸੰਸਦ ਦਾ ਇੱਕ ਐਕਸਰਸਾਈਜ਼ ਹੈ। ਪਰ ਉਹਦੇ ਫਿਲਟਰ ਲਾ ਕੇ ਜਦੋਂ ਇਹ ਕਿਸੇ ਦੇ, ਜਦੋਂ ਮੈਂ ਇੱਕ ਘਰ 'ਚ ਰਹਿੰਦਾ, ਮੈਨੂੰ ਮੇਰੇ ਬਾਰੇ ਪੁੱਛੋ, ਮੇਰੇ ਬੱਚਿਆਂ ਬਾਰੇ ਪੁੱਛੋ, ਤੁਸੀਂ ਮੇਰਾ ਬਾਪ ਕਿਹੜੀ ਜਗ੍ਹਾ ਤੇ ਜੰਮਿਆ ਸੀ ਔਰ ਕਿਹੜੀ ਉਹਦੇ
ਮੋਦੀ ਨੂੰ ਆਪਣਾ ਪਤਾ ਕਿ ਉਹਦਾ ਬਾਪ ਕਿੱਥੇ ਸੀਗਾ? ਬੰਦਿਆਂ ਨੂੰ ਸਾਰਾ ਪਤਾ ਹੈ ਕਿ ਉਹਦਾ ਬਾਪ ਕਿੱਥੇ ਜੰਮਿਆ ਸੀ? ਹਰ ਕੋਈ ਬੰਦਾ ਲੈ ਕੇ ਕਾਰਡ ਘੁੰਮ ਰਿਹਾ, ਹਰ ਕੋਈ ਬੰਦਾ ਰਿਕਾਰਡ ਲੈ ਕੇ ਘੁੰਮ ਰਿਹਾ। ਬਿਲਕੁਲ ਬੋਲ ਲੈ, ਕਿਸੇ ਨੇ ਨਹੀਂ ਪੁੱਛਿਆ ਤੁਹਾਡਾ ਪਿਓ ਕਿੱਥੇ ਜੰਮਿਆ? ਬਿਲਕੁਲ ਨਹੀਂ ਪੁੱਛਿਆ ਕਿਸੇ ਨੇ। ਹੈਗਾ ਨਹੀਂ ਹੈਗਾ ਦਿਖਾਓ ਕਿੱਥੇ ਹੈ? 21 ਪੁਆਇੰਟ ਪੜ੍ਹ ਲਓ, ਕਿਹੜਾ 21 ਪੁਆਇੰਟ ਹੈ? ਇਹਦਾ ਪਹਿਲਾਂ ਹੁਣੇ ਕੱਢ ਕੇ ਦੇ ਦਿੰਦੇ 21 ਪੁਆਇੰਟ, ਹੁਣੇ ਕੱਢ ਕੇ ਦੇ ਦਿੰਦੇ ਆ। ਐਨਸੀਆਰ ਦੀ ਕੋਈ ਚਰਚਾ ਨਹੀਂ ਹੋਈ, ਗੱਲਾਂ ਮਾਰਦੇ ਨਹੀਂ, ਐਨਸੀਆਰ ਦਾ ਕੋਈ ਪਰਫਾਰਮੈਂਟ ਨਹੀਂ। ਚਲੋ ਪੱਟੀ ਸਾਹਿਬ, ਪੱਟੀ ਸਾਹਿਬ ਕੋਲੇ ਪੱਟੀ ਸਾਹਿਬ ਕੋਲੇ ਆਉਣਾ, ਤੁਸੀਂ ਮੈਨੂੰ ਇੱਕ ਗੱਲ ਦੱਸੋ, ਜਿਹੜਾ ਬੰਦਾ ਸਬਸਿਡੀ ਲੈ ਰਿਹਾ, ਇੱਕ ਮਿੰਟ ਪ੍ਰਦੀਪ ਜੀ, ਜਿਹੜਾ ਬੰਦਾ ਸਬਸਿਡੀ ਲੈ ਰਿਹਾ, ਗਰੀਬ ਤੋਂ ਗਰੀਬ ਬੰਦਾ ਰਾਸ਼ਨ ਲੈ ਰਿਹਾ ਅੱਜ, ਉਹ ਆਪਣੇ ਸਿਲੰਡਰ 'ਤੇ ਸਬਸਿਡੀ ਲੈ ਰਿਹਾ, ਆਪਣੇ ਬਿਜਲੀ 'ਤੇ ਲੈ ਰਿਹਾ, ਜਾਂ ਆਪਣੇ ਘਰ ਦੇ ਉੱਤੇ ਲੈ ਰਿਹਾ, ਉਹਨੂੰ ਉਹਦੇ ਕੋਲ ਕੋਈ ਕਾਗਜ਼ ਹੈਗਾ ਤਾਂ ਹੀ ਸਬਸਿਡੀ ਲੈ ਰਿਹਾ ਉਹ, ਕਿ ਬਿਨਾਂ ਕਾਗਜ਼ ਤੋਂ ਲੈ ਰਿਹਾ? ਨਹੀਂ, ਇੱਕ ਮੇਰੇ ਸਵਾਲ, ਮੇਰਾ ਇੱਕ ਸਵਾਲ ਲੈ ਲਓ, ਮੇਰਾ ਇੱਕ ਸਵਾਲ ਲੈ ਲਓ, ਜਿਹੜੀ ਜਿਹੜੀ ਪ੍ਰੈਸ ਆਪ ਗੱਲ ਕਰ ਰਹੇ, ਮੇਰਾ ਸਵਾਲ ਲੈ ਲਓ, ਲੈਟ ਮੀ ਕੰਪਲੀਟ, ਲੈਟ ਮੀ ਪੁੱਛੋ, ਇੱਕ ਲਾਈਨ ਦੇ ਵਿੱਚ ਹੋਮ ਮਿਨਿਸਟਰ ਨੂੰ, ਇੱਕ ਲਾਈਨ ਦੇ ਵਿੱਚ ਜਵਾਬ ਦੇ ਦਿਓ, ਅੱਜ ਉਹ ਬੰਦੇ ਨੂੰ ਜਵਾਬ ਦੇ ਦਿਓ ਤੁਸੀਂ, ਇੱਕ ਬੰਦੇ ਨੂੰ ਇਹ ਕਹਿੰਦਾ ਕਿ ਅਸੀਂ ਫੈਸਿਲਿਟੀ ਦੇਣੀ ਹੈ, ਉਹਦੇ ਅਸੀਂ ਡਾਇਰੈਕਟ ਖਾਤੇ ਤੱਕ ਉਹਦੀ ਸਬਸਿਡੀ ਪਹੁੰਚਾਉਣੀ ਹੈ। ਸਾਰੇ ਸਾਡੇ ਕੋਲ ਰਿਕਾਰਡ ਮਿਨਿਸਟਰ ਨੇ ਸਰਕੂਲਰ ਕੱਢਿਆ ਆ, ਕੀ ਅਸੀਂ ਕਰ ਸਕਦੇ ਕੋਈ ਜਵਾਬ ਦੇ ਦਿਆ ਕਿ ਸਾਰੇ ਸੂਬਿਆਂ ਦੇ ਵਿੱਚ ਡਿਟੈਂਸ਼ਨ ਸੈਂਟਰ ਬਣਾਏ ਜਾਣ? ਪ੍ਰੋਫੈਸਰ ਸਾਹਿਬ, ਤੁਸੀਂ ਉਸ ਗੱਲ ਦਾ ਜਵਾਬ ਦਿਓ ਨਾ, ਤੁਸੀਂ ਮੈਨੂੰ ਇਸ ਗੱਲ ਦਾ ਜਵਾਬ ਦਿਓ। ਨਹੀਂ, ਡਰਾ ਤਾਂ ਤੁਸੀਂ ਪਹਿਲੇ ਰਹੇ ਹੋ ਲੋਕਾਂ ਨੂੰ, ਕੋਈ ਯੋਜਨਾ ਦਾ ਲਾਭ ਡਿਟੈਂਸ਼ਨ ਸੈਂਟਰ ਕਾਹਦੇ ਲਈ ਬਣਾਉਣੇ ਆ? ਡਿਟੈਂਸ਼ਨ ਸੈਂਟਰ ਕਾਹਦੇ ਲਈ ਬਣਾਉਣੇ ਸਾਰੇ ਦੇਸ਼ ਦੇ ਅੰਦਰ? ਤੁਸੀਂ ਕਿੰਨੇ ਬਣਾਏ ਆ? ਹੋਮ ਮਿਨਿਸਟਰ ਦਾ ਸਰਕੂਲਰ ਆ ਰਿਹਾ, ਸਾਰੇ ਸੂਬਿਆਂ ਨੂੰ ਆਇਆ, ਕਿਉਂ ਝੂਠ ਮਾਰਦੇ? ਸਾਰੇ ਸੂਬਿਆਂ ਨੂੰ ਆਇਆ, ਝੂਠ ਮਾਰਦੇ? ਅੱਛਾ, ਤੁਸੀਂ ਸੱਚ ਬੋਲਦੇ? ਡਿਟੈਂਸ਼ਨ ਸੈਂਟਰ ਉਹਦੇ ਵਾਸਤੇ ਹੁੰਦਾ ਹੈ, ਹਰ ਦੇਸ਼ ਦੇ ਵਿੱਚ ਬਣਿਆ ਹੁੰਦਾ ਹੈ ਜਿਹਦਾ। ਇੱਕ ਮਿੰਟ ਸੁਣ ਲਓ ਗੱਲ, ਕਿਉਂ ਨਹੀਂ ਹੁੰਦਾ? ਹਰ ਦੇਸ਼ ਚ ਹੁੰਦਾ। ਫਿਰ ਜੇਲਾ ਕੀ ਹੈ? ਸੈਂਟਰ ਕੀ ਹੁੰਦਾ? ਅਮਰੀਕਾ ਚ ਬਣਿਆ, ਠੀਕ ਕਹਿ ਰਿਹਾ, ਹਰ ਦੇਸ਼ ਚ, ਅਮਰੀਕਾ ਚ ਵੀ ਹੈ, ਕੈਨੇਡਾ ਚ ਵੀ ਹੈ, ਜਰਮਨ ਚ ਵੀ ਹੈ, ਫਰਾਂਸ ਚ ਵੀ ਹੈ, ਇੰਗਲੈਂਡ ਚ ਵੀ ਹੈ। ਢਿੱਲੋਂ ਸਾਹਿਬ, ਸਾਰੀਆਂ ਚੀਜ਼ਾਂ ਵਿੱਚੋਂ ਢਿੱਲੋਂ ਸਾਹਿਬ, ਡਿਟੈਂਸ਼ਨ ਸੈਂਟਰ ਦਾ ਮਤਲਬ ਕੀ ਹੈ? ਢਿੱਲੋਂ ਸਾਹਿਬ, ਹੁਣ ਗੱਲ, ਡਿਟੈਂਸ਼ਨ ਸੈਂਟਰ ਦਾ ਮਤਲਬ ਕੀ ਹੈ ਕਿ ਜਿਹੜਾ ਤੁਹਾਡੇ ਇੱਕ ਕਿਸੇ ਕਾਨੂੰਨ ਨਾਗਰਿਕਤਾ ਦੇ ਤਹਿਤ ਉਹ ਨਹੀਂ ਆਉਂਦਾ, ਜਾਂ ਕਿਸੇ ਉਹਦੇ ਕੋਲ ਵੀਜ਼ਾ ਨਹੀਂ ਹੈਗਾ, ਉਹਦੇ ਕੋਲ ਬਿੱਲੀ ਨਹੀਂ ਬਾਹਰ ਆਈ, ਬਿੱਲੀ ਮੈਂ ਪੂਰੀ ਕੱਢ ਕੇ ਵਿਖਾਉਣਾ ਤੁਹਾਨੂੰ, ਸੁਣ ਲਓ ਹੁਣ ਧਿਆਨ ਨਾਲ, ਤੁਸੀਂ ਇੱਕ ਕੰਟਰੀ ਤੋਂ ਕੋਈ ਵੀਜ਼ਾ ਲੈ ਕੇ ਇੰਡੀਆ ਦੇ ਵਿੱਚ ਆਉਂਦਾ, ਉਹਦਾ ਵੀਜ਼ਾ ਖਤਮ ਹੋ ਜਾਂਦਾ, ਉਹਦੇ ਕੋਲ ਕੋਈ ਲੀਗਲ ਡਾਕੂਮੈਂਟ ਨਹੀਂ ਹੈਗਾ ਕਿ ਉਹ ਇੱਥੇ ਕਿਉਂ ਰਹਿ ਰਿਹਾ, ਉਹ ਤਾਂ ਜੇਲ੍ਹ ਦੇ ਅੰਦਰ ਹੀ ਤਾਂ ਜੇਲ੍ਹ ਆ, ਉਹਨੂੰ ਕਿੱਥੇ ਰੱਖਿਆ ਜਾਵੇ? ਉਹਨੂੰ ਡਿਟੈਂਸ਼ਨ ਸੈਂਟਰ ਚ ਰੱਖਿਆ ਜਾਂਦਾ? ਨਹੀਂ, ਐਵੇਂ ਨਾ ਮਾਰੀ ਜਾਓ, ਉਹ ਇੱਕ ਸਿਰਫ ਉਹਦੇ ਵਾਸਤੇ ਨਹੀਂ, ਇਹ ਤਾਂ ਇੰਡੀਆ ਦੇ ਕਾਨੂੰਨ ਹੈ। ਢਿੱਲੋਂ ਸਾਹਿਬ ਤੁਸੀਂ ਜ਼ਿਆਦਾ ਬੋਲ ਰਹੇ ਹੋ, ਜ਼ਿਆਦਾ ਬੋਲ ਰਹੇ, ਪੱਟੀ ਸਾਹਿਬ ਗੱਲ ਕਰੋ, ਪੱਟੀ ਸਾਹਿਬ ਦੀ ਗੱਲ ਸੁਣੋ, ਤੋ ਜ਼ਿਆਦਾ ਬੋਲ ਰਹੇ ਨੇ, ਡਿਟੈਂਸ਼ਨ ਸੈਂਟਰ ਇੰਡੀਆ ਵਾਸਤੇ ਹੈ? ਪ੍ਰੋਫੈਸਰ ਸਾਹਿਬ ਦੱਸ ਦੇਣ ਇੰਡੀਆ ਵਾਸਤੇ? ਮੈਂ ਨਹੀਂ ਬੋਲੂੰਗਾ, ਕਰੋ ਜੀ ਗੱਲ, ਪ੍ਰੋਫੈਸਰ ਸਾਹਿਬ ਦੱਸ ਦੇਣਾ ਯਾਰ, ਬੋਲ ਰਹੇ ਹੋ, ਡਿਟੈਂਸ਼ਨ ਸੈਂਟਰ ਢਿੱਲੋਂ ਸਾਹਿਬ ਦੀ ਇੰਡੀਆ ਵਾਸਤੇ ਹੈ? ਨਹੀਂ ਯਾਰ, ਬਿਲਕੁਲ ਇੰਡੀਆ ਲਈ ਹੈ, ਇੰਡੀਆ ਲਈ ਹੈ, ਜਿਹੜਾ ਥੀਏਟਰ ਲੱਗਣੇ। ਢਿੱਲੋਂ ਸਾਹਿਬ, ਇਹ ਤੁਹਾਡਾ ਵਤੀਰਾ ਠੀਕ ਨਹੀਂ ਹੈਗਾ, 1 ਮਿੰਟ ਹੋਰ, ਦੂਜੀ ਗੱਲ, 1 ਮਿੰਟ, ਮੇਰੀ ਗੱਲ ਦਾ ਜਵਾਬ ਮੈਨੂੰ ਦੱਸੋ, ਤੁਹਾਡਾ ਜਵਾਬ ਹੀ ਇੱਥੇ ਰੱਖਿਆ, 1 ਲੱਖ ਲੋਕ ਤੁਹਾਡੇ ਕੋਲ ਜਵਾਬ ਹੀ ਹੈ, 1 ਲੱਖ ਲੋਕ ਤੁਸੀਂ ਮੈਨੂੰ ਇੰਨੀ ਗੱਲ ਰੱਖੇ ਆ, ਤੁਸੀਂ ਡਿਟੈਂਸ਼ਨ ਸੈਂਟਰ ਚ ਰੱਖੇ ਨਹੀਂ ਹੁੰਦੀ ਨਾ? ਬੋਲ ਸੁਣ ਲਓ, ਤੁਸੀਂ ਇੱਕ ਗੱਲ ਦਾ ਜਵਾਬ ਦੇ ਸਕਦੇ ਹੋ ਯਾਰ? ਮੇਰੀ ਗੱਲ ਸੁਣੋ, ਮੈਂ ਤੁਹਾਡੇ ਕੱਲਿਆਂ ਤੇ ਲਾ ਦਿਆਂ, ਪ੍ਰੋਫੈਸਰ ਸਾਹਿਬ ਬਾਅਦ ਚੋਂ ਕੱਲਿਆਂ ਨੂੰ ਬਿਠਾ ਲੂੰਗਾ, ਪਹਿਲਾਂ ਪੱਟੀ ਸਾਹਿਬ ਦੀ ਗੱਲ ਸੁਣ ਲਓ, ਪੱਟੀ ਸਾਹਿਬ ਤੋਂ ਲੈ ਲਓ, ਮੇਰਾ ਸਵਾਲ ਜੋੜ ਦਿਓ, ਪੱਟੀ ਸਾਹਿਬ ਤੋਂ ਪੁੱਛ ਲਓ, ਚਲੋ ਹਾਂ ਦੱਸੋ ਸਵਾਲ, ਦੱਸੋ ਜਿਹੜੇ ਬੰਦੇ ਨੂੰ ਸਬਸਿਡੀ ਮਿਲ ਰਹੀ ਹੈ, 100 ਬੰਦੇ ਨੂੰ ਤੁਸੀਂ ਕੋਈ ਇੱਕ ਮੈਂ ਐਗਜ਼ਾਮਪਲ ਦੇ ਕੇ ਦਿੰਦਾ, 100 ਬੰਦਾ ਹੈ, ਉਹਨੂੰ ਤੁਸੀਂ ਸਬਸਿਡੀ ਦੇਣੀ ਹੈ, ਉਹਨੂੰ ਤੁਸੀਂ ਗਰੀਬ ਤਬਕੇ ਦਾ ਹੈ, ਉਹਨੂੰ ਤੁਸੀਂ ਕੋਈ ਹੈਲਪ ਕਰਨੀ ਹੈ, ਕੀ ਉਹਦੀ ਲਿਸਟ ਤੁਹਾਡੇ ਕੋਲ ਹੋਏਗੀ ਤਾਂ ਦੇ ਸਕੋਗੇ, ਜਾਂ ਲਿਸਟ ਨਹੀਂ ਹੋਊਗੀ ਤਾਂ ਤੁਹਾਡਾ ਵੀ ਸਵਾਲ ਲੈ ਲਿਆ, ਤੁਹਾਡਾ ਵੀ ਸਵਾਲ ਲੈ ਲਿਆ, ਇਹ ਜ਼ਰੂਰੀ ਹੈ ਕਿ ਨਹੀਂ ਯਾਰ? ਪੱਟੀ ਸਾਹਿਬ ਦੱਸ ਦੇਣ, ਠੀਕ ਹੈ, ਤੁਹਾਡਾ ਸਵਾਲ ਲੈ ਲਿਆ, ਨਾਲੇ ਇਹ ਡਿਟੈਂਸ਼ਨ ਸੈਂਟਰ ਦਾ ਜਿਹੜਾ ਹੈਗਾ ਇਹ ਵੀ ਤੁਸੀਂ ਕਲੀਅਰ ਕਰ ਦਿਓ ਥੋੜਾ ਜਿਹਾ, ਜਪਾ ਸਾਹਿਬ ਨੇ ਮਾਮਲਾ ਉਠਾਇਆ, ਜਿਹੜੇ ਡਿਟੈਂਸ਼ਨ ਸੈਂਟਰ ਪਹਿਲਾਂ ਲਿਸਟ ਤੇ ਆ ਜਾਓ, ਸਾਰਾ ਕੁਝ ਆ ਜਾਣਗੇ 2 ਮਿੰਟ, ਜੇ ਡਿਟੈਂਸ਼ਨ ਸੈਂਟਰ ਨੇ, ਤੁਸੀਂ ਨੌਜਵਾਨ ਹੋ, ਤੁਹਾਡੇ ਚ એનર્ਜੀ ਜ਼ਿਆਦਾ, ਪਰ ਥੋੜਾ ਜਿਹਾ ਇਹਨੂੰ ਵੇਸਟ ਨਾ ਕਰੋ, ਮੇਰੀ ਜੀ ਸਚਾਈ ਹੈ ਨਾ, ਵੇਸਟ ਮੈਂ ਸਚਾਈ ਤੇ ਖੜਾ, ਥੋੜੀ ਗੱਲ ਸੁਣ ਲਓ, ਜੇ ਡਿਟੈਂਸ਼ਨ ਸੈਂਟਰ ਨੇ ਇਹ ਹਵਾ ਤੇ ਫੋਬੀਆ ਕਿਉਂ ਤਿਆਰ ਕੀਤਾ ਗਿਆ, ਕਦੇ ਲਈ ਤਿਆਰ ਕੀਤਾ ਗਿਆ, ਜਦੋਂ ਸਾਡੇ ਕੋਲ ਸੈਂਟਰਲ ਜੇਲਜ਼ ਹੈਗੀਆਂ, ਕਿੰਨੇ ਸਾਡੇ ਇਲੀਗਲ ਜਿਹੜੇ ਨੇ ਲੋਕ ਆਉਂਦੇ ਨੇ ਇੱਥੇ ਹਿੰਦੁਸਤਾਨ ਦੇ ਵਿੱਚ, ਕੀ ਉਹ ਸੈਂਟਰਲ ਜੇਲ੍ਹ ਅੰਮ੍ਰਿਤਸਰ ਦੇ ਵਿੱਚ ਜਾਂ ਕਿਸੇ ਹੋਰ ਜੇਲ੍ਹ ਦੇ ਵਿੱਚ ਨਹੀਂ ਰੱਖੇ ਜਾਂਦੇ, ਪੰਜਾਬ ਦੀਆਂ ਵਿੱਚ ਜਾਂ ਦੇਸ਼ ਦੀਆਂ ਹੋਰ ਜੇਲ੍ਹਾਂ ਵਿੱਚ ਨਹੀਂ ਰੱਖੇ ਜਾਂਦੇ? ਉਸ ਹਿਸਾਬ ਨਾਲ ਗੱਲ ਕਰਿਆ ਜੇ, ਬਾਅਦ ਚ ਤੁਸੀਂ ਘਰੋਂਗੇ ਤੇ ਮੈਂ ਲਿਆਉਂਗਾ, ਤੁਸੀਂ ਮੈਨੂੰ ਘੇਰੋ, ਮੈਨੂੰ ਖੁਸ਼ੀ ਹੋਏਗੀ, ਤੁਸੀਂ ਘੇਰੋ, ਜੇ ਉਹਨਾਂ ਨੇ ਅਪਰਾਧਿਕ ਕੋਈ ਗਤੀਵਿਧੀ ਕੀਤੀ ਹੈ ਤਾਂ ਉਹ ਜੇਲ੍ਹ ਦੇ ਵਿੱਚ ਜਾਣਗੇ, ਨਹੀਂ ਤਾਂ ਡਿਟੈਂਸ਼ਨ ਸੈਂਟਰ ਜਾਣਗੇ, ਜੇ ਉਹਦੇ ਕੋਲ ਕਾਗਜ਼ ਪੂਰੇ ਨਹੀਂ ਹੋਣਗੇ ਅਪਰਾਧਿਕ ਗਤੀਵਿਧੀ ਨਹੀਂ ਹੋਣੀ। ਕੀ ਵੰਡਰਫੁਲ ਆਰਗੂਮੈਂਟ ਹੈ, ਨੋ, ਵੈਰੀ ਬਿਊਟੀਫੁਲ ਆਰਗੂਮੈਂਟ ਹੈ। ਨਹੀਂ, ਇਸ ਤੋਂ ਪਹਿਲਾਂ ਤੁਹਾਡੇ ਇੱਧਰ ਆ ਕੇ ਵੀਜ਼ਾ ਖਤਮ ਹੋ ਜਾਂਦਾ ਹੈ, ਉਹ ਜੇ
ਇਹ ਸਿਰਫ ਉਹਨਾਂ ਲੋਕਾਂ ਲਈ ਬਣਾਏ ਗਏ ਨੇ ਜਿਹੜੇ ਬੀਜੇਪੀ ਦੀ ਹਾਂ ਦੇ ਵਿੱਚ ਹਾਂ ਨਹੀਂ ਮਿਲਾਉਂਦੇ। ਆਹ ਕੋਈ ਗੱਲ ਬਣਦੀ? ਦੂਜੀ ਚੀਜ਼, ਇਹ ਕੋਈ ਗੱਲ ਹੈ? ਸਾਨੂੰ ਇਹ ਚੀਜ਼ ਬਾਛੀ ਯਾਰ, ਸਾਨੂੰ ਇਹ ਚੀਜ਼ ਦੱਸੀ ਜਾਏ। ਅਸੀਂ ਭਾਰਤ ਦੇ ਲੋਕ ਇਹ ਮੰਗ ਕਰਦੇ ਆ, ਸਾਡਾ 15 ਲੱਖ ਰੁਪਈਆ ਕਿੱਥੇ ਆ? ਜੋਗੇ ਵਾਲੀ ਪਾਲੀ ਪਾਲੀ ਦਾ ਜਵਾਬ ਨਹੀਂ ਦਿੱਤਾ। ਮੈਂ ਉਹ ਲਿਸਟ ਦੀ ਗੱਲ ਕੀਤੀ ਹੈ, ਐਨਪੀਆਰ ਦੀ ਲਿਸਟ ਦੀ ਗੱਲ ਕੀਤੀ ਆ ਵੀ ਉਹਨੂੰ ਫੈਸਿਲਿਟੀ ਜਿਹੜੀ ਮਿਲਦੀ ਆ। ਲੋ ਸਾਹਿਬ, ਤੁਹਾਡੀ ਮਰਜ਼ੀ ਮੁਤਾਬਕ ਨੇ ਸੈਂਟਰ ਬਣਾਉਣੇ ਇੰਨੇ ਖਤਰਨਾਕ। ਤੁਸੀਂ ਕਿਵੇਂ ਆਪਣਾ ਐਨਪੀ ਨੇ ਐਡਵੋਕੇਟ ਸਾਹਿਬ ਜਵਾਬ ਦੇਣਗੇ? ਬੀਜੇਪੀ ਦੇ 303 ਐਮਪੀ ਨੇ, ਉਹਨਾਂ ਨੂੰ ਦੱਸੋ ਵੀ ਉਹਨਾਂ ਕੋਲ ਕਿਹੜੇ ਕਾਗਜ਼ ਨੇ ਜਿਨ੍ਹਾਂ ਮੁਤਾਬਕ ਉਹਨਾਂ ਦੀ ਮੁੱਦੇ ਦੀ ਗੱਲ ਦਾ ਜਵਾਬ ਇਹਨਾਂ ਕੋਲ ਦੋਵਾਂ ਕੋਲ ਹੀ ਨਹੀਂ ਹੈਗਾ। ਜਵਾਬ ਲੈ ਲਓ ਤੁਸੀਂ, ਤੁਹਾਡੇ ਕੋਲ ਜਵਾਬ ਹੈ ਹੀ ਨਹੀਂ। ਸੈਂਟਰ ਬਹੁਤ, ਮੈਂ ਇਹ ਕਹਿੰਦਾ ਕਿ ਜੇ ਲੋਕਾਂ ਕੋਲ ਸਾਰਿਆਂ ਕੋਲ ਡਾਕੂਮੈਂਟ ਹੈਗੇ ਆ ਜਿਹਦੇ ਨਾਲ ਫੂਡ ਸਬਸਿਡੀ ਜਾਂ ਹੋਰ ਸੋਸ਼ਲ ਵੈਲਫੇਅਰ ਸਕੀਮ ਚੱਲ ਰਹੀਆਂ, ਫਿਰ ਤੁਹਾਨੂੰ ਸਾਰੇ ਪੰਗੇ ਦੀ ਲੋੜ ਕੀ ਹੈ? ਆਧਾਰ ਕਾਰਡ ਜਿਨ੍ਹਾਂ ਦੇ ਨਹੀਂ ਬਣੇ ਉਹਨਾਂ ਨੂੰ ਆਰਡਰ ਕਰ ਦਿਓ ਕਿ ਤੁਸੀਂ ਆਧਾਰ ਕਾਰਡ ਬਣਾਓ। ਤੁਹਾਡੇ ਕੋਲ 97% ਲੋਕਾਂ ਦੇ ਆਧਾਰ ਕਾਰਡ ਹੈਗੇ ਆ, ਹੋਰ ਤੁਹਾਨੂੰ ਫਿੰਗਰ ਪ੍ਰਿੰਟ ਹੈਗੇ ਚਾਹੀਦਾ? ਇਸ ਦੇਸ਼ ਦੇ ਵਿੱਚ ਸਾਲ ਦੇ ਵਿੱਚ ਕਿੰਨੇ ਬੱਚੇ ਜੰਮਦੇ ਨੇ? ਇਹ ਜਿਹੜਾ ਸਾਲ ਦੇ ਵਿੱਚ ਕਿੰਨੇ ਬੱਚੇ 18 ਸਾਲ ਦੇ ਹੁੰਦੇ ਨੇ? ਇੱਕ ਮਿੰਟ, ਸੈਂਸਸ ਹੋਊਗਾ? ਸੈਂਸਸ ਹੋਊਗਾ? ਨਹੀਂ ਨਹੀਂ, 2021 ਚ ਸੈਂਸਸ ਹੋਊਗਾ, ਸਾਰੇ ਬੱਚੇ ਕਿੰਨੇ ਪੈਦਾ ਹੋਏ ਪਤਾ ਲੱਗ ਜਾਊਗਾ। ਹੋਰ ਮੈਂ ਫਾਰਸੀ ਚ ਬੋਲਦਾ, ਰੋਹਿਤ ਰਿਕਾਰਡ ਮੈਂ ਗੱਲ ਕਰ ਰਿਹਾ, ਰੋਹਿਤ ਦੀ ਗੱਲ ਕਰ ਰਿਹਾ ਤੁਸੀਂ, ਇਸ ਦਾ ਨੈਸ਼ਨਲ ਪੋਪੂਲੇਸ਼ਨ ਰਜਿਸਟਰ ਸੈਂਸਸ ਦੀ ਗੱਲ ਕਰ ਨਹੀਂ ਰਹੇ ਤੁਸੀਂ। ਬੰਦਾ ਕੀ ਕਰ ਰਿਹਾ, ਕਿਹੜੀ ਸਬਸਿਡੀ ਦਾ ਹੱਕਦਾਰ ਹੈ, ਕਿਹੜੀ ਦਾ ਨਹੀਂ ਹੈ? ਦੈਟ ਇਜ਼ ਐਨਪੀਆਰ। ਸੈਂਸਸ ਤੇ 1800 ਕੱਟ ਹੋ ਰਹੇ ਇੱਥੇ, ਬੱਚਿਆਂ ਦੀ ਗੱਲ ਕਿੱਥੇ ਆਈ? ਸੈਂਸਸ ਤੇ 1800 ਕੱਟ ਹੋ ਰਹੇ ਇੱਥੇ, ਕਿਸੇ ਨੇ ਨਹੀਂ ਰੌਲਾ ਪਾਇਆ। ਤੁਸੀਂ ਕਿਉਂ ਪਾਇਆ ਹੁਣ? ਫਿਰ ਇਸ ਕਰਕੇ ਤੁਸੀਂ ਮਾਛੀਆਂ ਕਰ ਰਹੇ ਹੋ, ਤੁਸੀਂ ਲੋਕਾਂ ਨਾਲ ਧੱਕਾ ਕਰ ਰਹੇ ਹੋ। ਕਿਸੇ ਨੇ ਨਹੀਂ ਪਾਇਆ ਰੌਲਾ, 2010 ਦੇ ਵਿੱਚ ਮਨਮੋਹਨ ਸਿੰਘ ਨੇ ਲਿਆਂਦਾ, ਕਿਸੇ ਨੇ ਰੌਲਾ ਨਹੀਂ ਪਾਇਆ ਕਿਉਂਕਿ ਸਭ ਨੂੰ ਪਤਾ ਹੈ ਜ਼ਰੂਰੀ ਹੈ। ਅੱਜ ਰੌਲਾ ਤਾਂ ਪਾਇਆ ਜਾ ਰਿਹਾ ਕਿਉਂਕਿ ਮੋਦੀ ਦਾ ਵਿਰੋਧ ਕਰਨਾ ਹੈ, ਇਹਨਾਂ ਨੂੰ ਮੋਦੀ ਨਹੀਂ ਬਚ ਰਿਹਾ, ਇਸ ਕਰਕੇ ਵਿਰੋਧ ਕਰਨਾ ਇਹਨਾਂ ਨੇ, ਹੋਰ ਇਹਨਾਂ ਦਾ ਕੋਈ ਕਾਰਨ ਨਹੀਂ। ਢਿੱਲੋਂ ਸਾਹਿਬ ਪਿਛਲੇ 60 ਸਾਲ ਤੋਂ ਡਾਕਟਰ ਮਨਮੋਹਨ ਸਿੰਘ ਦੀ ਨੀਅਤ ਤੇ ਕਿਸੇ ਨੂੰ ਸ਼ੱਕ ਨਹੀਂ ਸੀ, ਮੋਦੀ ਦੀ ਨੀਅਤ ਤੇ ਸਭ ਨੂੰ ਸ਼ੱਕ ਆ। ਤੁਹਾਨੂੰ ਸੋਨੀਆ ਗਾਂਧੀ ਦੀ ਨੀਅਤ ਤੇ ਕਿਉਂ ਸ਼ੱਕ ਹੋਊਗਾ? ਢਿੱਲੋਂ ਸਾਹਿਬ ਉਹ ਤਾਂ ਤੁਹਾਡੀ ਆਪਣੀ ਹੈ, ਸਾਡੀ ਕੋਈ ਆਪਣੀ ਨਹੀਂ। ਠੀਕ ਹੈ ਫਿਰ, ਜਿਹੜਾ ਲੋਕ ਸਾਨੂੰ, ਤੁਹਾਡੇ ਤੇ ਵੀ ਕੋਈ ਸ਼ੱਕ ਨਹੀਂ, ਲੇਕਿਨ ਜੇ ਤੁਸੀਂ ਮੋਦੀ ਦੀ ਗੱਲ ਨੂੰ ਗਲਤ ਨੂੰ ਗਲਤ ਕਹੋ ਨਹੀਂ ਕਹੋਗੇ, ਸਾਨੂੰ ਤੁਹਾਡੇ ਤੇ ਵੀ ਸ਼ੱਕ ਹੋਏਗਾ। ਦੇਸ਼ ਦੇ ਅੰਦਰ ਜੇ ਤੁਸੀਂ ਅੱਗੇ ਜਾ ਕੇ ਜਦੋਂ ਜੇ ਇੱਕ ਹੋਰ ਤੁਸੀਂ ਕਰਨਾ ਹੋਵੇ ਨਾ ਸਰਵੇ, ਤਾਂ ਦੇਸ਼ ਦੇ ਅੰਦਰ ਬਹੁਤ ਸਾਰੀਆਂ ਨੋਵਾਂ ਜਿਹੜੀਆਂ ਦੇਸ਼ ਦੀਆਂ ਬਾਹਰੋਂ ਆਈਆਂ ਹੋਈਆਂ। ਮੈਨੂੰ ਇਹ ਦੱਸੋ, ਐਨਪੀਆਰ ਦੇ ਨਾਲ ਪ੍ਰੋਬਲਮ ਕੀ ਹੈ? ਇਹ ਛੱਡੋ ਇਸ ਗੱਲ ਨੂੰ, ਇਹਨਾਂ ਨੇ ਇੱਕ ਵਾਰੀ ਨਹੀਂ ਸਾਬਤ ਕੀਤਾ ਵੀ ਐਨਪੀਆਰ ਕਿਉਂ ਨਹੀਂ ਹੋਣਾ ਚਾਹੀਦਾ। ਜੇ ਇਹ ਨਾਲ ਲੱਗਾ ਜਾਏ ਤਾਂ ਤੁਹਾਨੂੰ ਕੀ ਪ੍ਰੋਬਲਮ ਹੈ? ਸੰਖਿਆ 1961 ਤੋਂ ਲਾਗੂ ਹੈ, 60 ਸਾਲ ਤੋਂ ਲਾਗੂ ਹੈ, ਤਾਂ ਹੋਰ ਤੁਸੀਂ ਕੀ ਉੱਥੇ ਕਰਨਾ ਚਾਹੁੰਦੇ ਹੋ? ਲਾਗੂ ਹੈ ਅੱਜ, ਜੇ ਅਸੀਂ ਪਹਿਲਾਂ ਕੀ ਸੀਗਾ, ਚੋਰ ਬਜ਼ਾਰੀ ਸੀ ਕਿ ਨਹੀਂ ਸੀ, ਵਿਚਾਲੇ ਵਿਚੋਲੇ ਸੀਗੇ ਕਿ ਨਹੀਂ ਸੀ? ਇਹ ਸਾਧ ਆ ਗਏ ਸਾਰੇ, ਇੱਕ ਮਿੰਟ ਸੁਣ ਲਓ ਗੱਲ ਪੂਰੀ, ਸਾਧ ਆ ਗਏ ਆ, ਹੈਗੇ ਆ ਸਾਧ, ਅਸੀਂ ਕਰਦੇ ਹਾਂ ਇਮਾਨਦਾਰੀ ਨਾਲ ਕੰਮ, ਅਸੀਂ ਹਰ ਇੱਕ ਦੇ ਖਾਤੇ ਦੇ ਵਿੱਚ ਉਹਦੀ ਸਬਸਿਡੀ ਭੇਜੀ, 15 ਲੱਖ ਭੇਜਾਂਗੇ ਹਰ ਬੰਦੇ ਦੇ ਖਾਤੇ ਦੇ ਵਿੱਚ, ਡਾਇਰੈਕਟ ਭੇਜੀ ਹੈ, ਕਿਸੇ ਨੂੰ ਵਿੱਚ ਵਿਚੋਲਾ ਨਹੀਂ ਬਣਾਇਆ। ਪਹਿਲਾਂ ਜਿਹੜੇ ਵਿੱਚ ਸਰਪੰਚ, ਤਹਿਸੀਲਦਾਰ, ਕਾਨੂੰਗੋ, ਇਹ ਸਾਰਾ ਕੁਝ ਆਪਣਾ ਆਪਣਾ ਹਿੱਸਾ ਖਾਂਦੇ ਸੀ, ਇਹ ਕਰਪਸ਼ਨ ਅਟ ਗਈ ਹੈ, ਸਾਰੇ ਬੰਦ ਕਰਕੇ ਉਹਨਾਂ ਦੇ ਖਾਤਿਆਂ ਦੇ ਵਿੱਚ ਤੁਸੀਂ ਇਹ ਚਾਹੁੰਦੇ ਹੋ ਬੈਠ ਜਾ ਬੈਠ ਗਈ ਉੱਠ ਜਾ ਉੱਠ ਗਈ, ਤੁਸੀਂ ਇਹ ਚਾਹੁੰਦੇ ਵੇਦਾਂ ਦੀ ਜਨਤਾ ਹੋਵੇ? ਹਰ ਬੰਦੇ ਦਾ ਖਾਤਾ ਜਦੋਂ ਸਰਕਾਰ ਕੋਲੇ ਹੋਊਗਾ, ਜਿਹੜੀ ਸਬਸਿਡੀ ਜਾਣੀ ਆ ਉਹਦੇ ਬੰਦੇ ਪਹਿਲੇ ਸਾਨੂੰ ਸਾਡੇ 15 ਲੱਖ ਦਾ ਸਾਥ ਦਿਓ ਕਿੱਥੇ ਆ ਉਹਦੇ ਖਾਤੇ 'ਚ ਗਈ ਹੈ? ਜੇ ਤੁਹਾਡੀ ਸਰਕਾਰ ਨੇ ਕੈਲਕੂਲੇਟ ਕਰ ਲਿਓ ਪੱਟੀ ਸਾਹਿਬ, 15 ਲੱਖ ਨਾਲੋਂ ਵੱਧ ਆ ਗਿਆ ਹੋਊਗਾ, ਵੈਲਫੇਅਰ ਬੜਾ ਟਕਾ ਕੇ ਕੀਤਾ, ਔਰ ਦਿੱਲੀ ਦੇ ਵਿੱਚ 7 ਦੀਆਂ 7 ਲੋਕ ਸਭਾ ਜਿੱਤੀਆਂ ਨੇ, ਜਿੱਤੀਆਂ ਨੇ ਪਰਸੋਂ, ਮੋਦੀ ਸਰਕਾਰ ਨੇ ਜਿੱਤੀਆਂ ਨੇ, ਮੋਦੀ ਦੇ ਨਾਲ ਲੈ ਰਹੇ ਆ ਜਿੱਤੀਆਂ, ਇੱਕ ਮਿੰਟ, ਸੁਪਰੀਮ ਕੋਰਟ ਦੀ ਜਿਹੜੀਆਂ ਨੇ ਜ਼ਮਾਨਤਾਂ ਜਬ ਤੋਂ ਇਸੇ ਕੇਸ ਪਰਸੋਂ ਕਿੰਨੀਆਂ ਲੈ ਰਹੇ ਉਹ ਦੱਸੋ, ਜਿਹੜੀ ਘਬਰਾਹਟ ਆ, 3-4 ਲੈ ਲੈਣਗੇ ਹੋਰ ਕਿੰਨੀਆਂ ਲੈਣੀਆਂ ਨੇ, ਗੱਲਾਂ ਛੱਡ ਦਿਓ ਇਸ ਗੱਲ ਨੂੰ, ਨਹੀਂ ਹਿੰਦੁਸਤਾਨ ਦੀ ਸਰਕਾਰ ਪੂਰੀ ਡਟ ਕੇ ਆਮ ਬੰਦੇ ਦੇ ਨਾਲ ਖੜੀ ਹੈ ਔਰ ਕੰਮ ਕਰ ਰਹੀ ਹੈ। ਸਰਕਾਰ ਵੋਟਾਂ ਕਿੰਨੀਆਂ ਆਉਣਗੀਆਂ? 1 ਮਿੰਟ ਜੀ, 7 ਦੀਆਂ 7 ਸੀਟਾਂ ਲੋਕਾਂ ਦੀ, ਭਾਜਪਾ ਦੀ ਸਰਕਾਰ ਦਿੱਲੀ ਆ ਰਹੀ ਕਿ ਨਹੀਂ ਆ ਰਹੀ? ਉਹ ਤੁਹਾਨੂੰ 11 ਤਰੀਕ ਨੂੰ ਦੱਸ ਜਾਏਗਾ, ਸਾਹਮਣੇ ਦੱਸੋ ਨਾ ਸਾਨੂੰ, ਬਿਲਕੁਲ ਆਏਗਾ ਸਾਹਮਣੇ, ਘਬਰਾਏ ਕਿਉਂ ਇੰਨੇ ਆ? ਫਿਰ ਕੋਈ ਘਬਰਾਏ ਨਹੀਂ, ਗੱਲਾਂ ਨੇ ਜਿਵੇਂ ਦੀਆਂ ਤੁਸੀਂ ਗੱਲਾਂ ਕਰਦੇ ਹੋ ਬਹੁਤ ਜਿਆਦਾ ਗੱਲਾਂ ਕਰਦੇ ਆ, ਗੱਲਾਂ ਨਿਕਲ ਕੇ ਸਾਹਮਣੇ ਆ ਜਾਣੀਆਂ। ਇਹਦੇ ਬਾਵਜੂਦ ਵੀ ਜਨਤਾ ਨੂੰ ਸੋਚਣਾ ਚਾਹੀਦਾ ਕਿ ਦੇਸ਼ ਦਾ ਜਿਹੜਾ ਹੱਕ ਦੀ ਗੱਲ, ਹਿੱਤ ਦੀ ਗੱਲ ਕਰਦਾ ਉਹਨੂੰ ਵੋਟ ਪਾਉਣੀ ਆ, ਜਾਂ ਜਿਹੜਾ ਤੋੜਨ ਦੀ ਗੱਲ ਕਰਦਾ ਸ਼ਾਹੀਨ ਬਾਗ ਦੇ ਵਿੱਚ ਜਾ ਕੇ ਮੁਜ਼ਾਹਰੇ ਕਰਨ ਦੀ ਗੱਲ ਕਰਦਾ? ਚਲੋ ਜੇ ਤੋੜਨ ਵਾਲੇ ਜਿੱਤੇ ਫਿਰ ਕੀ ਕਰੋਗੇ? ਮਹਾ ਸਮਾਪਤ ਹੋ ਗਿਆ ਜੀ, ਬਹੁਤ ਬਹੁਤ ਸ਼ੁਕਰੀਆ ਹੋਊਗੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਲਾਸਟ ਬਟ ਨਾਟ ਬਣੇਗਾ ਸਾਡੇ ਨਾਲ। ਥੋੜਾ ਜਿਹਾ ਰੌਲਾ ਜ਼ਿਆਦਾ ਪੈ ਗਿਆ, ਮੈਂ ਮੁਆਫੀ ਚਾਹੂੰਗਾ, ਪਰ ਫਿਰ ਵੀ ਜਿਹੜੀ ਅਸੀਂ ਗੱਲ ਕਰਨੀ ਚਾਹੁੰਦੇ ਸੀ ਉਹ ਗੱਲ ਤੁਹਾਡੇ ਤੱਕ ਪਹੁੰਚ ਚੁੱਕੀ ਹੈ, ਜੇ ਪਹੁੰਚੀ ਹੈ ਤਾਂ ਸਾਨੂੰ ਆਪਣੇ ਵਿਚਾਰ ਜ਼ਰੂਰ ਦੇਣਾ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਧੰਨਵਾਦ ਜੀ।